ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਪਰਿਵਾਰ ਦੇ ਰੂਪ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਗੁਰਮੁਖ ਪਿਆਰਿਆਂ ਨੇ ਕਵੀਸ਼ਰੀ ਦੇ ਬੋਲਾਂ ਦੇ ਰਾਹੀਂ ਆਪਾਂ ਨੂੰ ਇਤਿਹਾਸ ਦੇ ਨਾਲ ਜੋੜਿਆ, ਵਾਰਾਂ ਦੇ ਰਾਹੀਂ ਇਤਿਹਾਸ ਸੁਣਾਇਆ ਗਿਆ। ਸਤਿਗੁਰਾਂ ਦੀ ਜੋ ਬਾਣੀ ਹੈ, ਇਹ ਸਾਡੇ ਸਭਨਾਂ ਦਾ ਹੀ ਮਾਰਗਦਰਸ਼ਨ ਆ। ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਜਦੋਂ ਆਏ, ਉਹਨਾਂ ਨੂੰ ਮਾਲਕ ਨੇ ਜੋ ਵੀ ਆਪਣੇ ਮੁੱਖ ਤੋਂ ਬਚਨ ਕਹੇ, ਉਹਨਾਂ ਸਾਰਿਆਂ ਨੇ ਉਹਨਾਂ ਬਚਨਾਂ ਨੂੰ ਸ਼ਬਦ ਰੂਪ ਦੇ ਵਿੱਚ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਮਹਾਰਾਜ ਦਾ ਬਚਨ ਹੈ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਸੋ ਮਾਲਕ ਸਾਡੇ ਸਭਨਾਂ ਦਾ ਸਾਂਝਾ ਹੈ, ਉਹ ਮਾਲਕ ਸਾਡਾ ਸਾਰਿਆਂ ਦਾ ਹੀ ਮਾਤਾ ਪਿਤਾ ਹੈ। ਸੋ ਜੇ ਮਾਤਾ ਪਿਤਾ ਸਾਡੇ ਸਭਨਾਂ ਦੇ ਇੱਕ ਨੇ, ਤਾਂ ਉਹਨਾਂ ਦੁਆਰਾ ਦਿੱਤਾ ਗਿਆ ਗਿਆਨ ਹੈ ਜੋ, ਉਹ ਵੀ ਸਾਡੇ ਸਭਨਾਂ ਦੇ ਲਈ ਹੀ ਸਾਂਝਾ ਹੈ। ਇੱਥੇ ਕਿਸੇ ਜਾਤ ਦੀ, ਕਿਸੇ ਮਜ਼ਹਬ ਦੀ, ਕਿਸੇ ਧਰਮ ਦੀ ਕੋਈ ਵੀ ਗੱਲ ਨਹੀਂ ਹੈ। ਜਦੋਂ ਗੁਰੂ ਮਹਾਰਾਜ ਦਾ ਅਜੇ ਪ੍ਰਕਾਸ਼ ਨਹੀਂ ਸੀ ਹੋਇਆ, ਉਦੋਂ ਸਾਰੇ ਹੀ ਜੀਵ ਉਦੋਂ ਵੀ ਭਗਤੀ ਦੇ ਰਾਹੀਂ ਮਾਲਕ ਨਾਲ ਮਿਲਾਪ ਕਰਨਾ ਚਾਹਿਆ। ਉਹ ਮਿਲਾਪ ਕਰਨਾ ਚਾਹਿਆ, ਉਹ ਆਪਣੇ ਆਪਣੇ ਸਥਾਨ 'ਤੇ ਆਪਣੇ ਆਪਣੇ ਢੰਗ ਨਾਲ, ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਸੀ। ਕਈਆਂ ਨੇ ਮੂਰਤਾਂ ਬਣਾ ਕੇ ਪੂਜਿਆ, ਆਪਣੇ ਆਪਣੇ ਢੰਗ ਨਾਲ ਉਹਨਾਂ ਨੇ ਮਾਲਕ ਨੂੰ ਆਰਾਧਿਆ। ਜਦੋਂ ਗੁਰੂ ਪਾਤਸ਼ਾਹ ਨੇ ਦੇਖਿਆ ਕਿ ਜੀਵ ਭਗਤੀ ਤਾਂ ਕਰ ਰਹੇ ਨੇ, ਉਸ ਮਾਲਕ ਨਾਲ ਮਿਲਾਪ ਦੀ ਤਾਂ ਤੜਪ ਹੈ, ਲੇਕਿਨ ਇਹਨਾਂ ਨੂੰ ਆਪਣੇ ਉਸ ਮਾਲਕ ਦੀ, ਆਪਣੇ ਮਾਤਾ ਪਿਤਾ ਦੀ, ਆਪਣੇ ਮੂਲ ਦੀ ਪਹਿਚਾਣ ਨਹੀਂ ਹੈ। ਅਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਸਾਰੇ ਹੀ ਸਾਨੂੰ ਜੀਵਾਂ ਨੂੰ ਸਾਡੇ ਮਾਤਾ ਪਿਤਾ ਦੀ, ਸਾਡੇ ਮੂਲ ਦੀ ਪਹਿਚਾਣ ਕਰਾਈ, ਸਾਨੂੰ ਆਪੇ ਦੀ ਪਹਿਚਾਣ ਕਰਾਈ। ਗੁਰੂ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਉਹ ਕਹਿੰਦੇ ਕਿਰਤ ਨਾਲ ਨਾ ਜੁੜੋ। ਇਹ ਜੋ ਸ੍ਰਿਸ਼ਟੀ 'ਤੇ ਤੁਸੀਂ ਸਾਰਾ ਕੁਛ ਦੇਖ ਰਹੇ ਹੋ, ਇਹ ਸਾਰੀ ਹੀ ਉਸ ਕਰਤੇ ਦੀ ਰਚਨਾ ਹੈ। ਜੋ ਵੀ ਅਸੀਂ ਸ੍ਰਿਸ਼ਟੀ ਦੇ ਉੱਤੇ ਦੇਖਦੇ ਹਾਂ, ਵੀ ਇਹ ਕਰਤੇ ਦੀ ਰਚਨਾ, ਕਰਤੇ ਦੀ ਕਿਰਤ ਹੈ। ਜਿਸ ਕਰਤੇ ਨੇ ਇਹ ਕਿਰਤ ਕੀਤੀ ਹੈ, ਉਸਨੂੰ ਅਸੀਂ ਕਰਤਾਰ ਆਖਦੇ ਹਾਂ। ਕਹਿੰਦੇ ਉਸ ਕਰਤਾਰ ਦੇ ਨਾਲ ਜੁੜੋ। ਕਹਿੰਦੇ ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੇ ਅਵਿਨਾਸ਼ੀ ਅਤੇ ਪਰਮੇਸ਼ੁਰ ਜਾਣੋ।
ਕਹਿੰਦੇ ਉਹ ਪਰਮਾਤਮਾ ਦੇ ਨਾਲ ਜੁੜੋ ਜੋ ਵਿਨਾਸ਼ ਤੋਂ ਰਹਿਤ ਹੈ, ਜੋ ਹਾਰਾਂ ਜਿੱਤਾਂ ਤੋਂ ਪਰੇ ਹੈ, ਜੋ ਜੋਨਾਂ ਤੋਂ ਪਰੇ ਹੈ। ਕਹਿੰਦੇ ਉਹ ਸਾਡੇ ਸਾਰਿਆਂ ਦਾ ਹੀ ਆਦ ਹੈ, ਸਾਡੇ ਸਾਰਿਆਂ ਦਾ ਹੀ ਮੁੱਢ ਹੈ, ਸਾਡੇ ਸਾਰਿਆਂ ਦੀ ਹੀ ਸ਼ੁਰੂਆਤ ਹੈ। ਜਿੰਨੀ ਵੀ ਇਹ ਸ੍ਰਿਸ਼ਟੀ ਬਣੀ ਹੈ, ਕਹਿੰਦੇ ਉਸ ਮਾਲਕ ਦੀ ਸ਼ੁਰੂਆਤ ਤੋਂ ਸ਼ੁਰੂ ਹੋਈ ਆ। ਕਹਿੰਦੇ ਉਸ ਮਾਲਕ ਨਾਲ ਜੁੜੋ ਜਿਸਨੇ ਇਹ ਕਿਰਤ ਪੈਦਾ ਕੀਤੀ। ਫਿਰ ਵੀ ਜੀਵਾਂ ਨੇ ਆਪਣੀ ਆਪਣੀ ਮੱਤ ਦੇ ਨਾਲ ਬਾਹਰ ਢੂੰਡਿਆ, ਸਰੀਰਕ ਤੌਰ 'ਤੇ ਬਹੁਤ ਸਾਰੇ ਜੰਗਲਾਂ ਦੇ ਵਿੱਚ ਗਏ ਉਸ ਮਾਲਕ ਨੂੰ ਢੂੰਡਣ ਦੇ ਲਈ। ਅਤੇ ਫਿਰ ਗੁਰੂ ਮਹਾਰਾਜ ਨੇ ਪਹਿਚਾਣ ਦਿੱਤੀ ਵੀ ਜਿਹੜਾ ਉਹ ਮਾਲਕ ਹੈ, ਜੋ ਜੂਨਾਂ ਤੋਂ ਪਰੇ ਹੈ, ਜੋ ਵਿਨਾਸ਼ ਤੋਂ ਪਰੇ ਹੈ, ਜੋ ਆਦ ਹੈ ਸਾਡੇ ਸਭਨਾਂ ਦਾ, ਜਿਸ ਨੂੰ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਕਹਿੰਦੇ ਉਹ ਕਿਤੇ ਬਾਹਰ ਨਹੀਂ ਹੈ, ਕਹਿੰਦੇ ਉਹ ਸਾਡੇ ਸਭਨਾਂ ਦੇ ਅੰਦਰ ਆ। ਉਸਨੂੰ ਅੰਦਰੋਂ ਢੂੰਡੋ, ਉਸਨੂੰ ਅੰਦਰੋਂ ਪਾਲੋ। ਅਤੇ ਗੁਰੂ ਮਹਾਰਾਜ ਨੇ ਜੋ ਉਹ ਬਣਾਂ 'ਚ ਲੱਭ ਰਹੇ ਸੀ, ਜੰਗਲਾਂ 'ਚੋਂ ਲੱਭ ਰਹੇ ਸੀ, ਉਹਨਾਂ ਨੂੰ ਦੱਸਿਆ ਵੀ ਉਹ ਕਰਤਾਰ ਹੈ, ਜੋ ਉਹ ਮਾਲਕ ਹੈ, ਤੁਹਾਡੇ ਸਰੀਰ ਦੇ ਹੀ ਅੰਦਰ ਹੈ, ਤੁਹਾਡੇ ਘੱਟ ਦੇ ਅੰਦਰ ਹੈ। ਜਦੋਂ ਤੱਕ ਸਾਨੂੰ ਸਮਰੱਥ ਗੁਰੂ ਨਹੀਂ ਮਿਲਦਾ, ਅਸੀਂ ਉਹ ਭਰਮਾਂ ਦੇ ਵਿੱਚ, ਕਹਿੰਦੇ ਇੱਕ ਜਨਮ ਨਹੀਂ, ਜੁਗਾਂ ਜੁਗਾਂ ਦੇ ਵਿੱਚ ਪਾਉਂਦਿਆਂ ਹੋਇਆਂ ਨੇ ਬਹੁਤ ਸਾਰੇ ਜਨਮ ਗਵਾਏ। ਹੁਣ ਉਹ ਜੰਗਲਾਂ ਦੇ ਵਿੱਚ ਪਵੇ ਹੋਏ, ਘਣੇ ਹੋਣ ਜੰਗਲ, ਬੀਆਬਾਨ ਹੋਵੇ ਜੰਗਲ, ਅਤੇ ਉੱਤੋਂ ਹੋਵੇ ਹਨੇਰਾ, ਅਤੇ ਫਿਰ ਰਸਤਾ ਗੁਰਮੁਖ ਪਿਆਰਿਓ ਆਪਾਂ ਨੂੰ ਕਿਵੇਂ ਮਿਲੇ? ਉਹ ਅਗਿਆਨ ਦਾ ਹਨੇਰਾ ਸੀ ਜੋ ਉਹ ਹਰ ਪਾਸੇ ਛਾਇਆ ਹੋਇਆ ਸੀ, ਅਤੇ ਘਣਾ ਸੀ ਜੰਗਲ, ਅਤੇ ਉਸ ਘਣੇ ਜੰਗਲ ਦੇ ਵਿੱਚ ਸਾਨੂੰ ਕੋਈ ਚਾਨਣਾ ਦਿਖਾ ਦੇਵੇ, ਸਾਨੂੰ ਚਾਨਣਾ ਕਰਕੇ ਸਾਨੂੰ ਇੱਕ ਸਿੱਧਾ ਮਾਰਗ ਦਿਖਾ ਦੇਵੇ। ਜੇ ਉਹ ਸਿੱਧਾ ਮਾਰਗ ਦਿਖਾ ਦੇਵੇ, ਗੁਰੂ ਮਹਾਰਾਜ ਕਹਿੰਦੇ ਫਿਰ ਐਸੇ ਗੁਰੂ ਤੋਂ ਇੱਕ ਵਾਰ ਨਹੀਂ, ਬਾਰ ਬਾਰ ਬਲਿਹਾਰੇ ਜਾਓ। ਕੀ ਕਹਿੰਦੇ ਗੁਰੂ ਮਹਾਰਾਜ? ਕਹਿੰਦੇ ਬਾਹਰ ਜਾਊਂ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦੀ ਲੜਾਇਆ। ਕਹਿੰਦੇ ਮਹਾਂ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ। ਕਹਿੰਦੇ ਉਸ ਮਾਲਕ ਨੇ, ਉਸ ਗੁਰੂ ਨੇ ਜਿਨ੍ਹਾਂ ਨੇ ਸਿੱਧਾ ਮਾਰਗ ਦਿਖਾਇਆ, ਕਹਿੰਦੇ ਅਸੀਂ ਇੱਕ ਵਾਰ ਨਹੀਂ, ਲੱਖਾਂ ਵਾਰ ਨਹੀਂ, ਬਾਰ ਬਾਰ ਅਸੀਂ ਗੁਰੂ ਤੋਂ ਬੁਲਿਹਾਰੇ ਜਾਈਏ। ਸੋ ਇਸ ਲਈ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਸ ਜਨਮ ਦੇ ਵਿੱਚ, ਇਸ ਕਲਾ ਦੇ ਯੁੱਗ ਦੇ ਵਿੱਚ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਮਿਲੀ ਆ। ਅਤੇ ਅਗਵਾਈ ਕਰਦਿਆਂ ਹੋਇਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਹੜਾ ਹੁਣ ਸਿੱਧਾ ਮਾਰਗ ਦਿਖਾਇਆ, ਉਹ ਮਾਰਗ ਕਿਹੜਾ ਦਿਖਾਇਆ? ਉਹ ਮਾਰਗ ਦਿਖਾਇਆ ਆਪਾਂ ਨੇ ਅੱਜ ਵੀ, ਅੱਜ ਦੇ ਸਮੇਂ ਦੇ ਵਿੱਚ ਵੀ ਕਿਤੇ ਵੀ ਆਪਾਂ ਸੰਸਾਰ ਦੇ ਉੱਤੇ ਦੇਖਦੇ ਹਾਂ, ਕੋਈ ਵੀ ਚੀਜ਼ ਚੱਲਦੀ ਆ, ਕੋਈ ਪ੍ਰਥਾ ਚੱਲਦੀ ਆ, ਕੋਈ ਪਰੰਪਰਾ ਚੱਲਦੀ ਆ, ਉਹ ਮੁੱਢ ਤੋਂ ਹੀ ਖਾਰਜ ਨਹੀਂ ਹੋਇਆ ਕਰਦੀ, ਉਹਦਾ ਵਾਧਾ ਘਾਟਾ ਹੋਇਆ ਕਰਦਾ। ਕਿਤੇ ਗਿਣਤੀ ਉੱਧਰ ਵੱਧ ਜਾਂਦੀ ਆ ਜਾਂ ਗਿਣਤੀ ਕਿਤੇ ਉੱਧਰ ਵੱਧ ਜਾਂਦੀ ਆ। ਜੋ ਪਰੰਪਰਾਵਾਂ ਉਸ ਵੇਲੇ 'ਚ ਯੁੱਗਾਂ ਦੇ ਵਿੱਚ ਚੱਲੀਆਂ, ਉਹ ਪਰੰਪਰਾਵਾਂ, ਇਹ ਆਪਾਂ ਮੁਨਕਰ ਨਹੀਂ ਹੋਵਾਂਗੇ ਸਾਰੇ ਜਾਣੇ ਵੀ ਉਹ ਅੱਜ ਵੀ ਚੱਲ ਰਹੀਆਂ ਨੇ ਉਸੇ ਤਰ੍ਹਾਂ। ਅਤੇ ਗੁਰੂ ਮਹਾਰਾਜ ਸਾਨੂੰ ਹੁਣ ਵਿਚਾਰ ਦਿੰਦੇ ਆ, ਆਪਾਂ ਨੇ ਅੱਜ ਦੇ ਸਮੇਂ ਦੇ ਮੁਤਾਬਕ ਵੀ ਉਹ ਸਾਰਾ ਕੁਛ ਦੇਖੀ ਜਾਣਾ ਹੈਗਾ ਵੀ ਕਿਤੇ ਇਹ ਆਪਾਂ ਦੇਖ ਵੀ ਰਹੇ ਹਾਂ ਅਤੇ ਆਪਾਂ ਕਰ ਤਾਂ ਨਹੀਂ ਰਹੇ ਜਾਂ ਕੁਛ।
ਅਤੇ ਗੁਰੂ ਮਹਾਰਾਜ ਦੱਸਦੇ ਆ ਵੀ ਬਹੁਤ ਸਾਰਿਆਂ ਨੇ ਜਪ ਕੀਤਾ, ਬਹੁਤ ਸਾਰਿਆਂ ਨੇ ਤਪ ਕੀਤਾ। ਜਪਣਾ ਆਪਾਂ ਉਸ ਚੀਜ਼ ਨੂੰ ਕਹਿੰਦੇ ਹਾਂ ਜਿਹਨੂੰ ਇੱਕੋ ਸ਼ਬਦ ਨੂੰ, ਇੱਕੋ ਚੀਜ਼ ਨੂੰ ਵਾਰ ਵਾਰ ਜਦੋਂ ਰਟਨ ਕਰਦੇ ਹਾਂ ਰਸਨਾ ਦੇ ਰਾਹੀਂ, ਉਸਨੂੰ ਜਪਣਾ ਕਹਿੰਦੇ ਹਾਂ। ਤਪ ਕਰਨਾ ਆਪਾਂ ਕਹਿੰਦੇ ਹਾਂ ਜਿਸ ਚੀਜ਼ ਨੂੰ ਆਪਾਂ ਵਾਰ ਵਾਰ ਅਭਿਆਸ ਕਰਕੇ ਤਾਪਦੇ ਹਾਂ, ਜਿਵੇਂ ਪਾਣੀ ਦੇ ਵਿੱਚ ਬਹੁਤ ਸਾਰੇ ਜੀਵ ਖੜ੍ਹਦੇ ਆ ਸਰੀਰਕ ਤੌਰ 'ਤੇ, ਉਹ ਹੱਠ ਕਰਦੇ ਆ। ਬਹੁਤ ਸਾਰੇ ਆਪਾਂ ਦੇਖਦੇ ਹਾਂ ਧੂਫਾਂ ਧੁਖਾਉਂਦੇ ਹਾਂ ਅੱਗਾਂ ਨੂੰ ਆਲੇ ਦੁਆਲੇ ਜਲਾ ਕੇ, ਜਾਂ ਧੋਈਆਂ ਅੱਜ ਵੀ ਧੁਖਾਈਆਂ ਜਾਂਦੀਆਂ ਨੇ। ਅਤੇ ਗੁਰੂ ਮਹਾਰਾਜ ਦੱਸਦੇ ਆ ਕਹਿੰਦੇ ਜਿਨ੍ਹਾਂ ਨੇ ਨਾਮ ਹੀ ਵਿਸਾਰ ਦਿੱਤਾ, ਜਿਨ੍ਹਾਂ ਨੇ ਨਾਮ ਦਾ ਹੀ ਭੇਦ ਨਹੀਂ ਲਿਆ, ਕਹਿੰਦੇ ਫਿਰ ਉਹ ਕਿਹੜਾ ਜਪ ਜਾਪਦੇ ਨੇ। ਕਹਿੰਦੇ ਜਿਨ੍ਹੀ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ, ਕਹਿੰਦੇ ਉਹ ਫਿਰ ਕਿਹੜਾ ਜਪ ਜਾਪਦੇ ਨੇ ਜਿਨ੍ਹਾਂ ਨੇ ਨਾਮ ਦਾ ਹੀ ਭੇਦ ਨਹੀਂ ਲਿਆ, ਉਹ ਕਿਸ ਵਾਸਤੇ ਜਪ ਕਰ ਰਹੇ ਨੇ। ਅੱਜ ਵੀ ਆਪਾਂ ਦੇਖਦੇ ਹਾਂ ਦੁਨੀਆਂ ਦੇ ਉੱਤੇ, ਅੱਜ ਸੰਸਾਰ 'ਤੇ ਦੇਖਦੇ ਹਾਂ ਇਹ ਵੀ, ਅੱਜ ਵੀ ਬਹੁਤ ਸਾਰੇ ਜੀਵ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਪਰ ਉਹਨਾਂ ਨੂੰ ਨਾਮ ਦਾ ਭੇਦ ਨਹੀਂ ਹੈ। ਅਤੇ ਫਿਰ ਕਹਿੰਦੇ ਉਹ ਕਿਹੜਾ ਤਪ ਤਾਪਿਆ ਜਿਨ੍ਹਾਂ ਨੇ ਨਾਮ ਨੂੰ ਹੀ ਵਿਸਾਰ ਦਿੱਤਾ, ਕਹਿੰਦੇ ਉਹ ਫਿਰ ਕਿਹੜਾ ਆਪਾਂ ਨੇ ਗਿਆਨ ਲਿਆ, ਅਤੇ ਕਿਹੜਾ ਧਿਆਨ 'ਚ ਬੈਠੇ ਆਪਾਂ ਧਿਆਨ ਲਾਇਆ, ਜਦ ਉਸ ਮਾਲਕ ਦੇ ਮਾਲਕ ਦਾ ਔਰ ਮਾਲਕ ਦੇ ਨਾਮ ਦਾ ਹੀ ਭੇਦ ਨਹੀਂ ਲਿਆ। ਅਤੇ ਨਾਲ ਨਾਲ ਹੁਣ ਗੁਰੂ ਮਹਾਰਾਜ ਦੱਸਦੇ ਆ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਸਤਰ ਸਿਮਰਤ ਵਖਿਆਨ। ਬਹੁਤ ਸਾਰਿਆਂ ਨੇ ਕਹਿੰਦੇ ਸ਼ਸਤਰ ਅਤੇ ਵੇਦ ਸਿਮਰਤੀਆਂ ਕੰਠ ਕੀਤੀਆਂ ਅਤੇ ਉਹਨਾਂ ਨੇ ਜ਼ੁਬਾਨੀ ਉਚਾਰਨ ਕੀਤੇ। ਅੱਜ ਵੀ ਆਪਾਂ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਜੀਵਾਂ ਦੇ ਜਿਹੜੀ ਹੈਗੀ ਆ ਗੁਰਬਾਣੀ ਬਹੁਤ ਬਹੁਤ ਕੰਠ ਕੀਤੀ ਹੋਈ ਆ, ਪਰ ਜਦੋਂ ਉਹਨਾਂ ਨੂੰ ਨਾਮ ਦੇ ਬਾਰੇ ਪੁੱਛੋ ਤਾਂ ਕਹਿੰਦੇ ਨੇ ਸਾਨੂੰ ਨਾਮ ਦਾ ਭੇਦ ਨਹੀਂ ਹੈ। ਬਹੁਤ ਸਾਰਿਆਂ ਨੇ ਉਸ ਨਾਮ ਨੂੰ ਵਿਸਾਰ ਕੇ ਜੁੜਨ ਦੀ ਕੋਸ਼ਿਸ਼ ਕੀਤੀ, ਵਾਰ ਵਾਰ ਅਭਿਆਸ ਕੀਤਾ ਮਾਲਕ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਜਿਵੇਂ ਆਪਾਂ ਦੇਖਦੇ ਹਾਂ ਜੋਗੀ ਹੋਏ, ਉਹਨਾਂ ਨੇ ਸਾਰਾ ਕੁਛ ਘਰ ਬਾਰ ਤਿਆਗ ਕੇ ਉਹ ਪਰਬਤਾਂ 'ਤੇ ਜਾ ਕੇ ਬੈਠ ਗਏ ਅਤੇ ਉਹਨਾਂ ਨੇ ਮਾਲਕ ਦੀ ਜੁੜਨ ਦਾ ਬਹੁਤ ਅਭਿਆਸ ਕੀਤਾ। ਅਤੇ ਗੁਰੂ ਪਾਤਸ਼ਾਹ ਜਦੋਂ ਉਹਨਾਂ ਦੇ ਕੋਲ ਗਏ ਅਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਮਾਲਕ ਨੂੰ ਕਿਵੇਂ ਧਿਆਉਂਦੇ ਹੋ, ਮਾਲਕ ਨੂੰ ਕਿਵੇਂ ਯਾਦ ਕਰਦੇ ਹੋ, ਸਾਨੂੰ ਦੱਸੋ। ਅਤੇ ਜੋਗੀਆਂ ਨੇ ਉਹਨਾਂ ਨੂੰ ਦੱਸਿਆ ਵੀ ਬਾਹਰ ਇੱਕ ਕਿੰਗਰੀ ਹੈ, ਇੱਕ ਸਾਜ਼ ਦਾ ਨਾਮ ਹੈ ਕਿੰਗਰੀ, ਵੀ ਅਸੀਂ ਉਹ ਕਿੰਗਰੀ ਨੂੰ ਵਜਾਉਂਦੇ ਜਾਂਦੇ ਹਾਂ ਵਾਰ ਵਾਰ, ਉਹ ਕਿੰਗਰੀ ਦੀ ਜਿਹੜੀ ਆਵਾਜ਼ ਆ ਅਸੀਂ ਉਸ ਆਵਾਜ਼ ਦੇ ਵਿੱਚ ਧਿਆਨ ਲਗਾਉਂਦੇ ਹਾਂ, ਔਰ ਜੋ ਹੀ ਧਿਆਨ ਲਗਾਉਂਦੇ ਹਾਂ ਵੀ ਸਾਡਾ ਹੌਲੀ ਹੌਲੀ ਅਸੀਂ ਸੁੰਨ 'ਚ ਚਲੇ ਜਾਂਦੇ ਹਾਂ। ਅਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਜਦੋਂ ਤੁਸੀਂ ਸੁੰਨ 'ਚ ਜਾਂਦੇ ਹੋ ਤੁਸੀਂ ਉੱਥੇ ਸੁੰਨ 'ਚ ਕੀ ਦੇਖਦੇ ਹੋ ਅਤੇ ਸੁੰਨ 'ਚ ਕੀ ਸੁਣਦੇ ਹੋ? ਅਤੇ ਜੋਗੀਆਂ ਨੇ ਦੇਖਿਆ ਕਹਿੰਦੇ ਜੀ ਅਸੀਂ ਸੁੰਨ 'ਚ ਤਾਂ ਚਲੇ ਜਾਂਦੇ ਹਾਂ ਪਰ ਸੁੰਨ ਦੇ ਵਿੱਚ ਸਾਨੂੰ ਕੁਛ ਦੇਖਣ ਦਾ ਜਾਂ ਸੁਣਨ ਦਾ ਤਾਂ ਕੋਈ ਅਭਿਆਸ ਨਹੀਂ ਕਦੇ ਹੋਇਆ। ਅਤੇ ਫਿਰ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਦੱਸਿਆ ਵੀ ਸੁੰਨ 'ਚ ਜਾ ਕੇ ਆਪਾਂ ਕਿਸ ਨੂੰ ਸੁਣਨਾ ਹੈ, ਕਿਸ ਨੂੰ ਦੇਖਣਾ ਹੈ? ਅਤੇ ਉਹ ਭਾਈ ਗੁਰਦਾਸ ਜੀ ਨੇ ਫਿਰ
ਉਹ ਨਕਸ਼ਾ ਖਿੱਚਿਆ ਵੀ ਗੁਰੂ ਪਾਤਸ਼ਾਹ ਨੇ ਗੋਰਖਨਾਥ ਨੂੰ ਕੀ ਸਮਝਾਇਆ। ਕਹਿੰਦੇ ਬਾਬਾ ਬੋਲੇ ਨਾਥ ਜੀ, ਉਹਨਾਂ ਨੇ ਉਸ ਜੋਗੀ ਨੂੰ ਜੋਗੀਆਂ ਨੂੰ ਕਿਹਾ, ਕਹਿੰਦੇ ਬਾਬਾ ਬੋਲੇ ਨਾਥ ਜੀ, ਕਹਿੰਦੇ ਸ਼ਬਦ ਸੁਣੋ ਸੱਚ ਮੁੱਖੋਂ ਅਲਾਈ। ਕਹਿੰਦੇ ਉਹ ਸ਼ਬਦ ਸੁਣੋ ਸੁਣਨ 'ਚ ਜਾ ਕੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਮੁੱਖ ਤੋਂ ਬੋਲਿਆ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਸ਼ਬਦ ਦਾ ਨਾਮ ਦਿੱਤਾ ਗਿਆ ਹੈ, ਕਿੰਗਰੀ ਦਾ ਨਾਮ ਦਿੱਤਾ ਗਿਆ ਹੈ, ਅਨੰਦ ਬਾਣੀ ਦਾ ਨਾਮ ਦਿੱਤਾ ਗਿਆ ਹੈ, ਸਹਿਜ ਧੁੰਨ ਦਾ ਨਾਮ ਦਿੱਤਾ ਗਿਆ ਹੈ, ਬਹੁਤ ਸਾਰੇ ਹੋਰ ਵੀ ਅਨੰਦ ਸ਼ਬਦ ਬੋਲਿਆ ਗਿਆ, ਬਹੁਤ ਸਾਰੇ ਹੋਰ ਵੀ ਸ਼ਬਦ ਗੁਰੂ ਪਾਤਸ਼ਾਹ ਨੇ ਵਰਤੇ ਨੇ ਉਸ ਆਵਾਜ਼ ਦੇ ਲਈ। ਉਹਨਾਂ ਨੂੰ ਸਮਝਾਇਆ, ਉਹਨਾਂ ਨੇ ਪੁੱਛਿਆ ਗੁਰੂ ਮਹਾਰਾਜ ਤੋਂ ਵੀ ਤੁਸੀਂ ਕਿਹੜੀ ਕਰਾਮਾਤ ਦੇ ਨਾਲ ਇੱਥੇ ਪਹੁੰਚੇ ਹੋ? ਅਤੇ ਗੁਰੂ ਪਾਤਸ਼ਾਹ ਕਹਿੰਦੇ ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸੱਚ ਮੁੱਖੋਂ ਅਲਾਈ। ਕਹਿੰਦੇ ਸੱਚੇ ਨਾਮ ਦੇ ਵਾਜੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ 'ਤੇ ਨਹੀਂ। ਕਹਿੰਦੇ ਜਿਹੜੇ ਤੁਸੀਂ ਸਾਡੇ ਤੋਂ ਕਰਾਮਾਤ ਪੁੱਛਦੇ ਹੋ, ਕਹਿੰਦੇ ਇਹ ਉਸ ਸਾਰੀ ਸ਼ਬਦ ਦੀ ਹੀ ਕਰਾਮਾਤ ਹੈ ਜਿਸ ਦੇ ਰਾਹੀਂ ਅਸੀਂ ਤੁਹਾਡੇ ਕੋਲ ਇੱਥੇ ਪਹੁੰਚੇ ਹਾਂ। ਹੁਣ ਉਹ ਜੋਗੀਆਂ ਨੇ ਅਭਿਆਸ ਕੀਤਾ ਸੀ ਜੁੜਨ ਦੇ ਲਈ, ਬਹੁਤ ਸਾਰੇ ਕਰਮ ਵੀ ਕੀਤੇ ਜੀਵਾਂ ਨੇ, ਬਹੁਤ ਸਾਰੇ ਧਰਮ ਪਾਲੇ। ਅੱਜ ਵੀ ਅਸੀਂ ਸੰਸਾਰ ਦੇ ਉੱਤੇ ਬਹੁਤ ਸਾਰੇ ਜੀਵ ਇਸ ਤਰ੍ਹਾਂ ਦੇ ਕਰਮ ਕਰਦੇ ਹਾਂ, ਇਸ ਤਰ੍ਹਾਂ ਦੇ ਧਰਮ ਪਾਲਦੇ ਹਾਂ, ਅਤੇ ਬਹੁਤ ਸਾਰੀ ਐਸੀ ਕਿਰਿਆ ਕਰਦੇ ਹਾਂ ਅਤੇ ਉਹ ਸਾਨੂੰ ਇਸ ਤਰ੍ਹਾਂ ਦਾ ਫੀਲ ਹੁੰਦਾ, ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਅਸੀਂ ਇਹ ਰੱਬ ਦੇ ਰਾਹ 'ਤੇ ਤਾਂ ਤੁਰੇ ਹੋਏ ਹਾਂ ਵੀ ਇਸ ਤਰ੍ਹਾਂ ਰੱਬ ਨਾਲ ਮਿਲਾਪ ਕਰ ਲਾਂਗੇ। ਉਹ ਆਪਾਂ ਹੁਣ ਗੁਰੂ ਮਹਾਰਾਜ ਤੋਂ ਪੁੱਛਣਾ ਵੀ ਉਹਨਾਂ ਨੇ ਮਿਲਾਪ ਕੀਤਾ ਜਾਂ ਨਹੀਂ ਕੀਤਾ। ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਸਤਰ ਸਿਮਰਤ ਵਖਿਆਨ, ਕਹਿੰਦੇ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ। ਕਹਿੰਦੇ ਪੁੰਨ ਦਾਨ ਹੋਮੇ ਬਹੁ ਰਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਕਹਿੰਦੇ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ। ਅੱਜ ਵੀ ਸੰਸਾਰ 'ਤੇ ਆਪਾਂ ਇਹ ਕਰਦੇ ਹਾਂ, ਵਰਤ ਅੱਜ ਵੀ ਬਹੁਤ ਤਰ੍ਹਾਂ ਦੇ ਰੱਖੇ ਜਾਂਦੇ ਆ ਵੀ ਉਸ ਮਾਲਕ ਦੀ ਖੁਸ਼ੀ ਹੈ ਇਹਦੇ ਵਿੱਚ, ਬਹੁਤ ਸਾਰੇ ਆਪਾਂ ਜੀਵ ਇਸ ਤਰ੍ਹਾਂ ਅੱਜ ਵੀ ਕਰਦੇ ਹਾਂ। ਅਤੇ ਹੁਣ ਸਤਿਗੁਰੂ ਮਹਾਰਾਜ ਕੀ ਦੱਸਦੇ ਆ? ਕਹਿੰਦੇ ਵੀ ਇਹ ਜੋ ਸਾਰਾ ਕੁਛ ਆਪਾਂ ਨੇ ਸੁਣਿਆ ਹੁਣ ਗੁਰਬਾਣੀ ਗੁਰੂ ਮਹਾਰਾਜ ਤੋਂ, ਕਹਿੰਦੇ ਇਸ ਸਾਰੇ ਨੂੰ ਤੱਕੜੀ ਦੇ ਇੱਕ ਪੱਲੜੇ ਦੇ ਵਿੱਚ ਪਾ ਦਿਓ। ਕਿਹਨੂੰ ਕਿਹਨੂੰ ਪਾ ਦਿਓ? ਕਹਿੰਦੇ ਜਿਹੜੇ ਜਪ ਕੀਤੇ ਗਏ, ਤਪ ਕੀਤੇ ਗਏ, ਨਾਮ ਨੂੰ ਵਿਸਾਰ ਕੇ, ਨਾਮ ਦਾ ਭੇਦ ਨਾ ਲੈ ਕੇ। ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ। ਕਹਿੰਦੇ ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ। ਕਹਿੰਦੇ ਸਾਰਾ ਇੱਕ ਪੱਲੜੇ 'ਚ ਪਾ ਦਿਓ। ਕਹਿੰਦੇ ਤੱਕੜੀ ਦੇ ਦੂਜੇ ਪੱਲੜੇ ਦੇ ਵਿੱਚ ਉਸ ਮਾਲਕ ਦਾ ਨਾਮ ਰੱਖ ਦਿਓ। ਦੇਖਿਆ ਕੀ ਗਿਆ? ਕਹਿੰਦੇ ਜਿਹੜਾ ਇਹ ਪੱਲੜੇ ਦੇ ਵਿੱਚ ਸਾਰਾ ਕੁਛ ਪਾਇਆ ਸੀ, ਕਹਿੰਦੇ ਉਹ ਪੱਲੜਾ ਜਦੋਂ ਤੱਕੜੀ ਨੂੰ ਉਠਾਇਆ ਗਿਆ, ਇਹ ਪੱਲੜਾ ਉੱਪਰ ਉੱਠ ਗਿਆ। ਕਹਿੰਦੇ ਜਿਹੜਾ ਨਾਮ ਵਾਲਾ ਪੱਲੜਾ ਸੀ, ਇਹ ਪੱਲੜਾ ਉਸਨੂੰ ਰੱਤੀ ਭਰ ਵੀ ਹਿਲਾ ਨਾ ਸਕਿਆ। ਗੁਰੂ ਮਹਾਰਾਜ ਕਹਿੰਦੇ ਨਾਮ ਦੀ ਤਾਂ ਗੱਲ ਛੱਡੋ, ਕਹਿੰਦੇ ਜੇ ਨਾਮ ਦੀ ਵਿਚਾਰ ਵੀ ਕੀਤੀ ਜਾਵੇ, ਕਹਿੰਦੇ ਇਹ ਸਾਰਾ ਕੁਛ ਉਸਦੇ ਵੀ ਸਮਾਨ ਨਹੀਂ ਹੈ, ਉਸਦੇ ਵੀ ਬਰਾਬਰ ਨਹੀਂ ਹੈ, ਉਸਦੇ ਵੀ ਤੁਲ ਨਹੀਂ ਹੈ। ਕਹਿੰਦੇ ਤੁਲ ਨਹੀਂ ਰਾਮ ਨਾਮ ਵਿਚਾਰ, ਇਸ ਤਰ੍ਹਾਂ ਦੀ ਮਹਿਮਾ ਹੈ ਨਾਮ ਦੀ ਮਾਲਕ ਦੇ ਦੀ। ਅਤੇ ਸਤਿਗੁਰੂ ਮਹਾਰਾਜ ਫਿਰ ਮਨ ਨੂੰ ਸਮਝਾਉਣਾ ਕਰਦੇ ਆ, ਕਹਿੰਦੇ ਮਨ ਹਰ ਕੇ ਨਾਮ ਕੀ ਮਹਿਮਾ, ਊਚ ਨਾਨਕ ਉਧਰੇ ਪਤਿਤ ਬਹੁ ਮੂਚ।
ਕਹਿੰਦੇ ਨਾਮ ਦੀ ਮਹਿਮਾ ਇੰਨੀ ਉੱਚੀ ਆ, ਕਹਿਣ ਤੋਂ ਇੰਨੀ ਪਰੇ ਆ। ਕਹਿੰਦੇ ਵੀ ਉਸਨੂੰ ਜਪਦੇ ਹੋਇਆ ਨਾਮ ਨੂੰ, ਜਿਹੜੇ ਜੀਵਾਂ ਨੂੰ ਸੰਸਾਰ ਨੇ ਨੀਚ ਸਮਝਿਆ, ਕਹਿੰਦੇ ਉਹਨਾਂ ਨੇ ਜੇ ਉਸ ਨਾਮ ਨੂੰ ਧਿਆਇਆ, ਉਸ ਨਾਮ ਦਾ ਭੇਦ ਲਿਆ, ਉਸ ਨਾਮ ਨੂੰ ਸੁਣਿਆ, ਉਸ ਨਾਮ ਨੂੰ ਧਿਆਇਆ, ਕਹਿੰਦੇ ਉਹ ਫਿਰ ਸੰਸਾਰ ਦੇ ਉੱਤੇ ਜਿਨ੍ਹਾਂ ਨੂੰ ਨੀਚ ਸਮਝਿਆ ਗਿਆ, ਜਦੋਂ ਉਹਨਾਂ ਨੇ ਨਾਮ ਜਪਿਆ, ਕਹਿੰਦੇ ਉਹਨਾਂ ਦੇ ਚਰਨ ਸਾਰੀ ਸ੍ਰਿਸ਼ਟੀ ਨੇ ਕਹਿੰਦੇ ਧੋਤੇ। ਕੀ ਕਹਿੰਦੇ ਗੁਰੂ ਮਹਾਰਾਜ? ਕਹਿੰਦੇ ਜਾ ਕੇ ਨਿਕਟ ਨਾ ਆਵੇ ਕੋਈ, ਕਹਿੰਦੇ ਸਗਲ ਸ੍ਰਿਸ਼ਟ ਉਵਾਂ ਕੇ ਚਰਨ ਮਲ ਧੋਏ। ਜਦੋਂ ਕਹਿੰਦੇ ਉਹਨਾਂ ਨੇ ਨਾਮ ਜਪਿਆ, ਜਿਨ੍ਹਾਂ ਨੂੰ ਨੀਚ ਕਹਿੰਦੀ ਸੀ ਦੁਨੀਆ ਸਾਰੀ, ਕਹਿੰਦੇ ਉਸੇ ਦੁਨੀਆ ਨੇ ਕਹਿੰਦੇ ਫਿਰ ਜਦੋਂ ਉਹਨਾਂ ਨੇ ਨਾਮ ਜਪਿਆ, ਕਹਿੰਦੇ ਉਹਨਾਂ ਦੇ ਚਰਨ ਮਲ ਮਲ ਕੇ ਧੋਏ। ਐਸੀ ਹੈ ਨਾਮ ਦੀ ਮਹਿਮਾ। ਇੰਨਾ ਵੱਡਾ ਗਿਆਨ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸਾਰੀ ਸਗਲ ਸ੍ਰਿਸ਼ਟੀ ਨੂੰ ਬਖਸ਼ਿਸ਼ ਕੀਤਾ ਹੈ। ਬਾਵਜੂਦ ਇਸ ਦੇ ਅੱਜ ਵੀ ਅਸੀਂ ਬਹੁਤ ਭਰਮਾਂ ਦੇ ਵਿੱਚ ਹਾਂ, ਅੱਜ ਵੀ ਬਹੁਤ ਭਟਕਣਾਂ ਦੇ ਵਿੱਚ ਹਾਂ। ਸਿਰਫ ਕਰਨਾ ਤਾਂ ਇਹੀ ਸੀ ਵੀ ਅਸੀਂ ਤਾਂ ਸ਼ਰਨ ਦੇ ਵਿੱਚ ਹੀ ਆਉਣਾ ਸੀ, ਸਤਿਗੁਰੂ ਮਹਾਰਾਜ ਤੋਂ ਪੁੱਛਣਾ ਸੀ ਅਤੇ ਮੰਨਣਾ ਸੀ। ਪਰ ਸਾਡੀ ਸਾਰੀ ਦੁਨੀਆਂ ਦਾ ਇੱਕ ਦੁਖਾਂਤ ਹੋਇਆ, ਆਦਿ ਜਗਾਤ ਤੋਂ ਹੀ ਚੱਲਿਆ ਆ ਰਿਹਾ। ਉਹ ਦੁਖਾਂਤ ਕੀ ਆ? ਉਹ ਦੁਖਾਂਤ ਆ ਵੀ ਜਿੰਨੇ ਵੀ ਆਪਾਂ ਜੀਵ ਹੋਏ, ਆਦਿ ਜਗਾਤ ਤੋਂ ਲੈ ਕੇ ਜਿੰਨੇ ਵੀ ਧਾਰਮਿਕ ਗ੍ਰੰਥ ਹੋਏ, ਵੇਦ ਹੋਏ, ਸ਼ਸਤਰ ਹੋਏ, ਉਹਨਾਂ ਦੀ ਅਸੀਂ ਜੀਵਾਂ ਨੇ ਕਦੇ ਪੜਚੋਲ ਹੀ ਨਹੀਂ ਕੀਤੀ। ਇਹ ਸਾਨੂੰ ਮੰਨਣਾ ਪਏਗਾ ਵੀ ਅਸੀਂ ਪੜਚੋਲ ਨਹੀਂ ਕੀਤੀ, ਅਸੀਂ ਉਹਨਾਂ ਹੀ ਪੜ੍ਹਿਆ, ਉਹਨਾਂ ਹੀ ਸੁਣਿਆ ਜਿੰਨਾ ਸਾਨੂੰ ਸੁਣਾਇਆ ਗਿਆ, ਅਸੀਂ ਉਸੇ ਨੂੰ ਮੰਨਿਆ। ਆਪਾਂ ਨੇ ਦੇਖਿਆ ਵੀ ਪਹਿਲੇ ਸਮਿਆਂ ਦੇ ਵਿੱਚ ਬ੍ਰਾਹਮਣ ਹੋਏ, ਬ੍ਰਾਹਮਣ ਕਹਿੰਦੇ ਸੀ ਵਿਦਵਾਨ ਨੂੰ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ। ਬ੍ਰਾਹਮਣ ਕਹਿੰਦੇ ਸੀ ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਸੀ। ਸਤਿਗੁਰੂ ਮਹਾਰਾਜ ਦੱਸਦਿਆਂ ਕਹਿੰਦੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ। ਪਰ ਹੌਲੀ ਹੌਲੀ ਉਹ ਜਿਹਦੀ ਬ੍ਰਹਮ ਦੀ ਵਿਚਾਰ ਸੀ ਉਹ ਪ੍ਰੈਕਟੀਕਲ ਛੁੱਟਦਾ ਗਿਆ। ਜਿਉਂ ਹੀ ਪ੍ਰੈਕਟੀਕਲ ਛੁੱਟਿਆ, ਉਹਨਾਂ ਬ੍ਰਾਹਮਣਾਂ ਨੇ ਇਸ ਸੰਸਾਰ ਦੀ ਵਿੱਦਿਆ ਦੇ ਨਾਲ ਇਸ ਸੰਸਾਰ ਨੂੰ ਚੱਕਰਾਂ 'ਚ ਪਾਤਾ, ਜਿਹਦੇ ਨਾਲ ਆਮ ਜੀਵਾਂ ਦਾ ਜਿਹੜਾ ਨਾਸ਼ ਹੀ ਹੋਇਆ, ਬਹੁਤ ਪੀਸੇ ਗਏ ਉਹ ਜੀਵ ਸਾਰੇ। ਉਹਨਾਂ ਨੇ ਆਪਣੇ ਢੰਗ ਦੇ ਨਾਲ ਕਾਨੂੰਨ ਬਣਾਏ, ਆਪਣੇ ਢੰਗ ਦੇ ਨਾਲ ਨਿਯਮ ਬਣਾਏ, ਜਿਨ੍ਹਾਂ 'ਤੇ ਚੱਲਦਿਆਂ ਆਮ ਬੰਦਾ ਸੀਗਾ ਜਿਹੜਾ ਉਹ ਪਿਸਦਾ ਗਿਆ। ਅੱਜ ਵੀ ਅਸੀਂ ਬਹੁਤ ਸਾਰੇ ਜੀਵ ਇਸ ਤਰ੍ਹਾਂ ਦੇ ਹੈਗੇ ਆ ਵੀ ਇੱਧਰ ਤ੍ਰੈ ਗੁਣੀ ਤਾਂ ਵਿੱਦਿਆ ਬਹੁਤ ਲਈ ਆ, ਪਰ ਅਸੀਂ ਸਿੱਧਾ ਜਾ ਕੇ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਉਹ ਸਾਨੂੰ ਭੇਦ ਨਹੀਂ ਪੈਂਦਾ। ਕਿਉਂ? ਕਿਉਂਕਿ ਸਤਿਗੁਰੂ ਮਹਾਰਾਜ ਨੂੰ ਸਮਾਲਕ ਦੇ ਬਚਨ ਸ਼ਬਦਾਂ ਦੇ ਵਿੱਚ ਵਿਖਿਆਨ ਕੀਤਾ, ਇੱਕ ਇੱਕ ਸ਼ਬਦ ਦੇ ਵਿੱਚ ਉਸ ਮਾਲਕ ਦਾ ਬਹੁਤ ਡੂੰਘਾ ਗਿਆਨ ਦਿੱਤਾ ਗਿਆ ਹੈ, ਉਸ ਅਭੇਦ ਦਾ ਗਿਆਨ ਦਿੱਤਾ ਗਿਆ ਹੈ, ਉਸ ਅਭੇਦ ਦਾ ਭੇਦ ਦਿੱਤਾ ਗਿਆ ਹੈ। ਜਦੋਂ ਸਿੱਧੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਸਾਨੂੰ ਸਮਝ ਨਹੀਂ ਪੈਂਦੀ। ਸਤਿਗੁਰੂ ਮਹਾਰਾਜ ਮੋਹਰ ਲਗਾ ਕੇ ਸਾਨੂੰ ਦੱਸਦੇ ਆ, ਕਹਿੰਦੇ ਸ਼ਬਦਾਂ ਮੈਂ ਵਿਖਾਣੀਆਂ ਬਿਰਲਾ ਤਾਂ ਬੂਝੇ ਕੋਈ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਕਹਿੰਦੇ ਬਾਣੀ ਵਿਚਾਰਨੀ ਅਤੇ ਬਾਣੀ ਦਾ ਭੇਦ, ਕਹਿੰਦੇ ਕਿਸੇ ਬਿਰਲੇ ਬਿਰਲੇ ਗੁਰਮੁਖ ਨੂੰ ਜਿਸ ਨੂੰ ਮਾਲਕ ਨੇ ਆਪਣੀ ਖੁਸ਼ੀ ਦੇ ਨਾਲ ਜਣਾਇਆ, ਉਹ ਪ੍ਰੈਕਟੀਕਲ ਰਸਤੇ 'ਤੇ ਤੁਰਿਆ, ਕਹਿੰਦੇ ਉਸ ਨੂੰ ਦਿੱਤਾ। ਜੇ ਗੁਰੂ ਮਹਾਰਾਜ, ਹੁਣ ਆਪਾਂ ਬਹੁਤ ਸਾਰੀਆਂ ਇੱਥੇ ਗੱਲਾਂ ਕਰਦੇ ਹਾਂ, ਕਿਉਂ? ਕਿਉਂਕਿ ਸਾਨੂੰ ਸੁਣਾਇਆ ਉਸ ਤਰ੍ਹਾਂ ਜਾਂਦਾ ਔਰ ਅਸੀਂ ਉਹ ਮੰਨ ਲੈਂਦੇ ਹਾਂ, ਛੇਤੀ ਉਹ ਮੰਨ ਲੈਂਦੇ ਹਾਂ ਜਿਹੜਾ ਸੁਣਾਇਆ ਜਾਂਦਾ, ਕਿਉਂਕਿ ਆਪ ਤਾਂ ਪੜਚੋਲ ਨਹੀਂ ਕਰਦੇ।
ਜੇ ਆਪ ਆਪਾਂ ਜਾ ਕੇ ਗੁਰਬਾਣੀ ਨੂੰ ਪੜ੍ਹੀਏ ਜਿਵੇਂ ਦੱਸੀ ਗਈ ਆ, ਇੱਥੇ ਸਥਾਨ 'ਤੇ ਤੁਸੀਂ ਸਾਰੇ ਹੀ ਜਾਣੇ ਆਉਂਦੇ ਹੋ, ਤੁਸੀਂ ਮੇਰੀ ਗੱਲ ਦੇ ਨਾਲ ਇਹ ਸਹਿਮਤੀ ਪ੍ਰਗਟ ਕਰੋਗੇ ਸਾਰੇ, ਜਦੋਂ ਵੀ ਭਾਈ ਸਾਹਿਬ ਇੱਥੇ ਅਕਥ ਕਥਾ ਦੀ ਰਾਹੀਂ ਸਤਿਗੁਰੂ ਮਹਾਰਾਜ ਦੇ ਸ਼ਬਦਾਂ ਦਾ ਗਿਆਨ ਦਿੰਦੇ ਨੇ, ਮੇਰਾ ਖਿਆਲ ਆ ਵੀ ਤਕਰੀਬਨ ਹਰ ਕਥਾ ਦੇ ਵਿੱਚ ਉਹ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਜੋ ਇੱਥੇ ਕਿਹਾ ਜਾਂਦਾ ਹੈ ਗੁਰਬਾਣੀ ਗੁਰੂ ਮਹਾਰਾਜ ਤੋਂ ਬਾਹਰ ਨਹੀਂ ਕਿਹਾ ਜਾਂਦਾ, ਪਰ ਫਿਰ ਵੀ ਤੁਸੀਂ ਸਾਰੇ ਜੀਵ ਇਸ ਦੀ ਪੜਚੋਲ ਕਰੋ, ਕਰ ਜਾ ਕੇ ਗੁਰਬਾਣੀ ਗੁਰੂ ਮਹਾਰਾਜ ਤੋਂ ਪੁੱਛੋ, ਕਰ ਜਾ ਕੇ ਗੁਰਬਾਣੀ ਗੁਰੂ ਮਹਾਰਾਜ ਨੂੰ ਪੜ੍ਹੋ ਜਾ ਕੇ, ਤਾਂ ਕਿ ਤੁਹਾਨੂੰ ਵਿਸ਼ਵਾਸ ਆਵੇ ਵੀ ਜੋ ਤੁਹਾਨੂੰ ਦੱਸਿਆ ਗਿਆ ਹੈ ਉਹ ਗੁਰਬਾਣੀ ਗੁਰੂ ਦੇ ਮੁਤਾਬਕ ਦੱਸਿਆ ਗਿਆ ਹੈ। ਪਰ ਫਿਰ ਵੀ ਜੇ ਅਸੀਂ ਨਹੀਂ ਪੜ੍ਹਦੇ ਉਹ ਆਪਣੀਆਂ, ਇੱਕ ਦਾ ਵਿਸ਼ਵਾਸ ਆ ਗਿਆ, ਉਹਨੂੰ ਤਾਂ ਫਿਰ ਦੇਖਣ ਦੀ ਲੋੜ ਹੀ ਨਹੀਂ ਹੈਗੀ। ਉਹ ਵਿਸ਼ਵਾਸ ਲੈਣ ਦੇ ਲਈ ਸਾਨੂੰ ਕੀ ਕਰਨਾ ਪੈਂਦਾ ਅੱਗੇ? ਹੁਣ ਗੁਰੂ ਮਹਾਰਾਜ ਕਹਿੰਦੇ ਨੇ ਵੀ ਜੇ ਸਿੱਖਿਆ ਹੋਇਆ, ਇੱਧਰ ਆਪਾਂ ਕਹਿੰਦੇ ਹਾਂ ਵੀ ਦੇਹਧਾਰੀ ਗੁਰੂ ਨਹੀਂ ਹੁੰਦਾ, ਇਹ ਆਮ ਗੱਲਾਂ ਆਪਾਂ ਕਰਦੇ ਹਾਂ, ਦੇਹਧਾਰੀ ਨੂੰ ਜੀ ਨਹੀਂ ਮੰਨਣਾ। ਅਤੇ ਗੁਰੂ ਮਹਾਰਾਜ ਆਏ ਜਿਨ੍ਹਾਂ ਨੇ ਗੁਰਬਾਣੀ ਦਾ ਸਾਨੂੰ ਗਿਆਨ ਬਖਸ਼ਿਸ਼ ਕੀਤਾ, ਗੁਰਬਾਣੀ ਸਾਨੂੰ ਲਿਖਤ ਦੇ ਵਿੱਚ ਦੇ ਕੇ ਗਏ, ਉਹ ਵੀ ਤਾਂ ਸਰੀਰਕ ਰੂਪ ਦੇ ਵਿੱਚ ਹੀ ਆਏ ਜਿਨ੍ਹਾਂ ਨੇ ਗਿਆਨ ਸਾਨੂੰ ਦਿੱਤਾ ਲਿਖ ਕੇ, ਅਤੇ ਫਿਰ ਕੀ ਉਹਨਾਂ ਦੇ ਸਰੀਰ ਨੂੰ ਮੰਨਿਆ ਨਹੀਂ ਗਿਆ, ਜਾਂ ਉਹਨਾਂ ਦੇ ਸਰੀਰਾਂ ਨੂੰ ਮਾਨਤਾ ਨਹੀਂ ਦਿੱਤੀ ਗਈ, ਜਾਂ ਆਪਾਂ ਨੇ ਸਰੀਰਾਂ ਨੂੰ ਉਹਨਾਂ ਨੂੰ ਨਮਸਕਾਰ ਨਹੀਂ ਕੀਤੀ, ਜਾਂ ਆਪਾਂ ਨੇ ਉਹਨਾਂ ਦੇ ਚਰਨ ਨਹੀਂ ਫੜੇ, ਅਤੇ ਜਿਨ੍ਹਾਂ ਨੇ ਚਰਨ ਫੜੇ, ਜਿਨ੍ਹਾਂ ਨੇ ਉਹਨਾਂ ਨੂੰ ਮੰਨਿਆ ਉਹ ਤਰ ਗਏ, ਜਿਨ੍ਹਾਂ ਨੇ ਉਹਨਾਂ ਨੂੰ ਨਹੀਂ ਮੰਨਿਆ, ਉਹਨਾਂ ਦਾ ਗਿਆਨ ਵੀ ਨਹੀਂ ਮੰਨਿਆ ਦਿੱਤਾ ਹੋਇਆ, ਅਤੇ ਉਹ ਰਹਿ ਗਏ। ਜੇ ਸਾਰੇ ਜਾਣੇ ਮੰਨ ਲੈਂਦੇ ਤਾਂ ਉਸੇ ਵਕਤ ਇਹ ਸ੍ਰਿਸ਼ਟੀ ਦਾ ਭਾਰ ਉਤਾਰਾ ਹੋ ਗਿਆ ਸੀ, ਪਰ ਇਹ ਸ੍ਰਿਸ਼ਟੀ ਦਾ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ, ਕਿਉਂਕਿ ਜਾਣਾ ਆਉਣਾ ਉਸੇ ਦਾ ਬਣਦਾ ਜਿਹਨੇ ਹਲੇ ਸ਼ਬਦ ਦੇ ਭੇਦ ਦੇ ਰਾਹੀਂ ਉਸ ਸ਼ਬਦ ਦੇ ਵਿੱਚ ਸਮਾਇਆ ਨੇ। ਇਹ ਤਾਂ ਤੁਸੀਂ ਸਾਰੇ ਹੀ ਮੰਨਦੇ ਹੋ। ਅਤੇ ਹੁਣ ਗੁਰੂ ਮਹਾਰਾਜ ਦੱਸਦੇ ਆ ਵੀ ਜੇ ਕੋਈ ਸਾਨੂੰ ਸਿੱਖਿਆ ਹੋਇਆ ਮਿਲ ਜਾਏ, ਗੁਰਬਾਣੀ ਗੁਰੂ ਮਹਾਰਾਜ ਦਾ ਕਥਨ, ਆਪਾਂ ਤਾਂ ਗੁਰਬਾਣੀ ਗੁਰੂ ਮਹਾਰਾਜ ਤੋਂ ਪੁੱਛ ਰਹੇ ਹਾਂ, ਆਪਾਂ ਸਾਰੇ ਸੁਣ ਵੀ ਗੁਰੂ ਮਹਾਰਾਜ ਦੇ ਬਚਨ ਰਹੇ ਹਾਂ। ਹੁਣ ਗੁਰੂ ਮਹਾਰਾਜ ਦੇ ਬਚਨ ਸੁਣਦੇ ਹਾਂ ਤਾਂ ਗੁਰਬਾਣੀ ਗੁਰੂ ਮਹਾਰਾਜ ਤਾਂ ਸਾਡੇ ਸਾਰਿਆਂ ਦੇ ਲਈ ਸਭ ਕੁਛ ਨੇ। ਕਿਉਂ? ਕਿਉਂਕਿ ਆਪਾਂ ਮੱਥਾ ਟੇਕਦੇ ਹਾਂ, ਕਿ ਮੱਥਾ ਟੇਕਣ ਦਾ ਹੀ ਮਤਲਬ ਇਹ ਆ ਵੀ ਜੋ ਤੁਸੀਂ ਕਿਹਾ ਸਾਨੂੰ ਸਵੀਕਾਰ ਆ, ਸਾਨੂੰ ਪ੍ਰਵਾਨ ਆ। ਕਿੰਨਾ ਪ੍ਰਵਾਨ ਆ? 101% ਪ੍ਰਵਾਨ ਆ। ਉੱਥੇ ਕੋਈ ਰਤਾ ਭਰ ਵੀ, ਰੰਚਕ ਭਰ ਵੀ, ਸਾਡੀ ਕੋਈ ਸ਼ੱਕ, ਸਾਡੀ ਕੋਈ ਡਾਊਟ ਨਹੀਂ ਹੈ। ਅਤੇ ਗੁਰੂ ਮਹਾਰਾਜ ਦੱਸਦੇ ਆ ਵੀ ਜੇ ਕੋਈ ਸਿੱਖਿਆ ਹੋਇਆ ਮਿਲ ਜਾਏ, ਗੁਰੂ ਮਹਾਰਾਜ ਕਹਿ ਰਹੇ ਆ, ਕਹਿੰਦੇ ਉਹਦੇ ਤੁਸੀਂ ਚਰਨ ਪਕੜ ਲਓ। ਕਹਿੰਦੇ ਪਕੜ ਲਓ ਚਰਨ ਉਹਦੇ, ਕੀ ਕਹਿੰਦੇ ਗੁਰੂ ਮਹਾਰਾਜ? ਕਹਿੰਦੇ ਜੇ ਗੁਰ ਦੀਸੈ ਸਿੱਖੜਾ, ਜੇ ਗੁਰ ਦੀਸੈ ਸਿੱਖੜਾ, ਕਹਿੰਦੇ ਨਿਭ ਨਿਭ ਲਾਗੂ ਪਾਏ ਜੀਓ, ਕਹਿੰਦੇ ਉਹਦੀ ਤਾਂ ਫਿਰ ਪੈਰੀ ਪੈ ਜਾਓ, ਜੇ ਤੁਹਾਨੂੰ ਸਿੱਖਿਆ ਹੋਇਆ ਕੋਈ ਸਿਖਾਵੇ। ਹੁਣ ਆਪਾਂ ਇੱਧਰ ਐਗਜ਼ਾਮਪਲ ਲੈਂਦੇ ਹਾਂ, ਉਦਾਹਰਨ ਲੈਂਦੇ ਹਾਂ। ਇੱਕ ਬੱਚੇ ਨੂੰ ਪੜ੍ਹਨ ਦੇ ਲਈ ਪਾਇਆ ਜਾਂਦਾ ਸਕੂਲ ਦੇ ਵਿੱਚ, ਹਾਲਾਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਇੰਨੇ ਸਾਰੇ ਸੋਰਸਿਸ ਜੁਟੇ ਹੋਏ ਨੇ, ਯੂਟਿਊਬਾਂ ਦੇ ਰਾਹੀਂ ਔਨਲਾਈਨ ਇੰਨਾ ਕੁਛ ਪਿਆ ਵੀ ਪੜ੍ਹਾਈਆਂ ਦਾ ਬਹੁਤ ਕੁਛ ਦਿੱਤਾ ਪਿਆ, ਪਰ ਮਰਿਆਦਾ ਅੱਜ ਵੀ ਉਹੀ ਆ ਕਿ ਜਦੋਂ ਅਸੀਂ ਬੱਚੇ ਨੂੰ ਵਿੱਦਿਆ ਦੇਣੀ ਹੈ ਤਾਂ ਉਸਨੂੰ ਸਕੂਲ ਦੇ ਵਿੱਚ ਪਾਇਆ ਜਾਂਦਾ, ਉਸਨੂੰ ਟੀਚਰ ਦੇ ਰਾਹੀਂ ਸਮਝਾਇਆ ਜਾਂਦਾ, ਔਰ ਉਹ ਟੀਚਰ ਨੂੰ ਮੰਨ ਕੇ ਚੱਲਦਾ ਬੱਚਾ। ਬੱਚਾ ਪਹਿਲੇ ਦਿਨ ਐਡਮਿਸ਼ਨ ਲੈਂਦਾ, ਸਕੂਲ 'ਚ ਜਾਂਦਾ, ਉਸਨੂੰ ਉੱਠਣਾ ਬੈਠਣਾ ਸਿਖਾਇਆ ਜਾਂਦਾ, ਉਹ ਜਿਵੇਂ ਟੀਚਰ ਉਸਨੂੰ ਦੱਸਦੇ ਨੇ ਉਹ ਸਮਝਦਾ, ਜਦੋਂ ਉਸ ਟੀਚਰ ਫਿਰ ਉਹਨੂੰ ਪੜ੍ਹਾਉਂਦਾ, ਉਹਨੂੰ ਪੜ੍ਹਾਉਣਾ ਕਰਦਾ, ਉਹਨੂੰ ਦੱਸਦਾ,
ਅਤੇ ਫਿਰ ਬੱਚਾ ਸਿੱਖਦਾ, ਉਹਨੂੰ ਸੋਝੀ ਆਉਂਦੀ ਆ, ਬੱਚੇ ਨੂੰ ਸਮਝਾਇਆ ਜਾਂਦਾ, ਬੱਚਾ ਸੋਝੀ ਲੈਂਦਾ, ਅਤੇ ਫਿਰ ਸੋਝੀ ਲੈ ਕੇ ਬੱਚਾ ਕੀ ਕਰਦਾ, ਫਿਰ ਉਹ ਆਪ ਜਾ ਕੇ ਘਰ ਪੜ੍ਹਦਾ। ਜਦੋਂ ਆਪਾਂ ਉਹਨੂੰ ਕਹਿੰਦੇ ਹਾਂ ਵੀ ਕਿਤਾਬ ਤੋਂ ਪੜ੍ਹ, ਫਿਰ ਉਹ ਦੱਸਦਾ ਵੀ ਊੜਾ ਊਠ, ਆੜਾ ਅੱਖ, ਈੜੀ ਇੰਜਣ, ਇਹ ਪੜ੍ਹ ਕੇ ਸਿਖਾਉਂਦਾ। ਫਿਰ ਬੱਚਾ ਪੜ੍ਹ ਕੇ ਸਾਨੂੰ ਦੱਸਦਾ ਕਿਤੋਂ ਸਿੱਖਿਆ, ਉਹ ਸਕੂਲ 'ਚ ਗਿਆ, ਸਕੂਲ 'ਚ ਫਿਰ ਸਿਖਾਇਆ ਗੁਰੂ ਨੇ, ਟੀਚਰ ਨੇ, ਅਤੇ ਕੀ ਕਹਿੰਦੇ ਗੁਰੂ ਮਹਾਰਾਜ, ਕਹਿੰਦੇ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਪੈ ਗਿਆ ਇੱਧਰ ਵੀ, ਕਹਿੰਦੇ ਜਿਹੜੀ ਸਤਸੰਗਤ ਆ ਇਹ ਸਾਡਾ ਸਕੂਲ ਆ, ਕਾਹਦਾ ਸਕੂਲ ਆ, ਇਹ ਸਾਡੀ ਅਧਿਆਤਮਿਕਤਾ ਦਾ ਸਕੂਲ ਹੈ। ਫਿਰ ਉਹ ਜੇ ਸਕੂਲ ਆ ਅਤੇ ਸਕੂਲ ਦੇ ਵਿੱਚ ਫਿਰ ਜੇ ਆਪਾਂ ਕਹੀਏ ਟੀਚਰ ਤਾਂ ਚਾਹੀਦਾ ਹੀ ਨਹੀਂ ਹੈਗਾ, ਫਿਰ ਸਕੂਲ ਕਾਹਦਾ ਹੋਇਆ, ਹਾਂਜੀ ਫਿਰ ਸਕੂਲ ਕਾਹਦਾ ਹੋਇਆ ਜੇ ਸਕੂਲ ਵਿੱਚ ਟੀਚਰ ਹੀ ਨਹੀਂ। ਅਤੇ ਸਕੂਲ ਦੇ ਤਾਂ ਪਹਿਲੀ ਮੰਗ ਟੀਚਰ ਦੀ ਆ ਵੀ ਟੀਚਰ ਹੋਵੇ। ਫਿਰ ਉਹ ਟੀਚਰ ਦੱਸਦਾ ਸਕੂਲ ਦੇ ਵਿੱਚ ਕੀ ਕਹਿੰਦੇ ਗੁਰੂ ਮਹਾਰਾਜ, ਸੁਣਿਓ ਧਿਆਨ ਨਾਲ ਸ਼ਬਦ, ਕਹਿੰਦੇ ਸਮਝ ਹੈ, ਕਹਿੰਦੇ ਸਭ ਤੋਂ ਪਹਿਲਾਂ ਸਮਝਣਾ ਕਰੋ, ਕਿੱਥੇ, ਕਹਿੰਦੇ ਸਤਸੰਗਤ, ਸਤਿਗੁਰ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ, ਕਹਿੰਦੇ ਉਸ ਹਰੀ ਦੇ ਗੁਣ ਜਿੱਥੇ ਸਿਖਾਏ ਜਾਂਦੇ ਨੇ, ਉਹ ਸਤਸੰਗਤ ਸਾਡਾ ਸਕੂਲ ਆ ਸਾਰਿਆਂ ਦਾ ਅਧਿਆਤਮਿਕਤਾ ਦਾ। ਅਤੇ ਫਿਰ ਕਹਿੰਦੇ ਸਮਝ ਹੈ, ਪਹਿਲਾਂ ਕਹਿੰਦੇ ਸਮਝੋ ਫਿਰ ਆਊਗੀ ਸੋਝੀ, ਕਹਿੰਦੇ ਸਮਝ ਹੈ ਸੂਝੈ ਫਿਰ ਕਹਿੰਦੇ ਗੁਰਬਾਣੀ ਨੂੰ ਪੜ੍ਹੋ, ਸਮਝ ਹੈ ਸੂਝੈ ਪੜ੍ਹ ਪੜ੍ਹ ਬੁੱਝੈ, ਕਹਿੰਦੇ ਫਿਰ ਪੜ੍ਹ ਕੇ ਤੁਸੀਂ ਬੁੱਝਣ ਦੇ ਕਾਬਲ ਬਣੋਗੇ। ਅਤੇ ਫਿਰ ਅੱਗੇ ਗੁਰੂ ਮਹਾਰਾਜ ਕਹਿੰਦੇ ਜੇ ਫਿਰ ਐਸਾ ਸਿੱਖਿਆ ਹੋਇਆ ਗੁਰੂ ਮਿਲਦਾ ਅਤੇ ਉਹ ਮਾਲਕ ਦੀ ਪ੍ਰੇਮ ਦੀ ਕਹਾਣੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੁਕਮ ਦੇ ਵਿੱਚ ਰਹਿ ਕੇ ਕਰਦਾ, ਅਤੇ ਫਿਰ ਕਹਿੰਦੇ ਉਸਨੂੰ ਆਪਣਾ ਮਨ ਅਰਪਣ ਕਰ ਦਿਓ ਅਤੇ ਉਸ ਦੇ ਚਰਨੀ ਲੱਗ ਜਾਓ। ਮੈਂ ਨਹੀਂ ਕਹਿੰਦਾ ਇਹ, ਤੁਸੀਂ ਮੰਨਣਾ ਵੀ ਨਹੀਂ ਹੈਗਾ, ਇਹ ਗੁਰੂ ਮਹਾਰਾਜ ਕਹਿ ਰਹੇ ਆ ਸਾਨੂੰ। ਕੀ ਕਹਿੰਦੇ, ਕਹਿੰਦੇ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਕਹਿੰਦੇ ਤਿਸ ਦੇਵਾ ਮਨ ਆਪਣਾ ਨਿਮ ਨਿਮ ਲੱਗਾਂ ਪਾਏ, ਕਹਿੰਦੇ ਫਿਰ ਮੈਂ ਚਰਨੀ ਲੱਗ ਜਾਵਾਂ, ਉਸਦੇ ਪੈਰੀ ਪੈ ਜਾਵਾਂ। ਅਤੇ ਫਿਰ ਕੀ ਕਹਿੰਦੇ, ਕਹਿੰਦੇ ਫਿਰ ਇਸ ਤਰ੍ਹਾਂ ਦੇ ਗੁਰਮੁਖਾਂ ਦੇ ਜੋ ਬੋਲੇ ਹੋਏ ਬੋਲ ਨੇ ਗੁਰੂ ਮਹਾਰਾਜ ਬਚਨ ਕਰਦੇ, ਕਹਿੰਦੇ ਸੁਣੋ ਸੁਣੋ, ਕਿਉਂ ਸੁਣੋ, ਕਹਿੰਦੇ ਉਹਨਾਂ ਦਾ ਪ੍ਰੈਕਟੀਕਲ ਆ। ਉਹ ਪ੍ਰੈਕਟੀਕਲ ਕੀ ਆ, ਕਹਿੰਦੇ ਉਹ ਜਿਹੜਾ ਫਿਰ ਪ੍ਰੈਕਟੀਕਲ ਹੋਇਆ ਉਹਦੇ ਵਿੱਚ ਜੋ ਦੇਖਦੇ ਨੇ ਅੱਖਾਂ ਦੇ ਨਾਲ ਉਹੀ ਕੁਛ ਬੋਲਦੇ ਨੇ ਉਹ। ਕੀ ਕਹਿੰਦੇ, ਕਹਿੰਦੇ ਸੁਣ ਸੰਤਨ ਕੀ ਸਾਚੀ ਸਾਖੀ, ਕੀ ਕਹਿੰਦੇ ਗੁਰੂ ਮਹਾਰਾਜ, ਕਹਿੰਦੇ ਸੁਣ ਸੰਤਨ ਕੀ ਸਾਚੀ ਸਾਖੀ ਸੋ ਬੋਲੇ ਜੋ ਪਿੱਖੇ ਆਖੀ, ਕਹਿੰਦੇ ਜੋ ਉਹਨਾਂ ਨੇ ਅੱਖਾਂ ਦੇ ਨਾਲ ਵੇਖਿਆ ਫਿਰ ਉਹ ਕਹਿੰਦੇ ਦੱਸਦੇ ਨੇ। ਫਿਰ ਕੀ ਭੇਦ ਖੁੱਲ੍ਹਦਾ ਸਤਸੰਗਤ ਦੇ ਵਿੱਚ ਜਾ ਕੇ, ਉਹ ਭੇਦ ਖੁੱਲ੍ਹਦਾ ਵੀ ਨਾਮ ਨੂੰ ਲੈ। ਅੱਜ ਵੀ ਆਪਾਂ ਦੇਖਦੇ ਹਾਂ ਵੀ ਦੁਨੀਆ ਨਾਮ ਲੈਣ ਲਈ ਅੱਜ ਵੀ ਬਾਹਰ ਜਾਂਦੀ ਹੈ, ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਬਣੀਆਂ ਹੋਈਆਂ ਨੇ ਜਿੱਥੇ ਜੀਵ ਜਾਂਦੇ ਆ ਅਤੇ ਉਹ ਬੜੇ ਫਕਰ ਨਾਲ ਕਹਿੰਦੇ ਆ ਵੀ ਸਾਨੂੰ ਨਾਮ ਮਿਲ ਗਿਆ, ਸਾਨੂੰ ਨਾਮ ਮਿਲ ਗਿਆ। ਪਰ ਗੁਰੂ ਮਹਾਰਾਜ ਤੋਂ ਪੁੱਛਿਆ ਹੀ ਨਹੀਂ ਵੀ ਨਾਮ ਕੋਈ ਦਿੰਦਾ, ਕੋਈ ਸੰਤ ਦਿੰਦਾ ਇਸਨੂੰ, ਕੋਈ ਸਾਧੂ ਦਿੰਦਾ, ਕੋਈ ਗੁਰੂ ਦਿੰਦਾ ਨਾਮ ਨੂੰ। ਇਹਦਾ ਤਾਂ ਮਤਲਬ ਇਹੀ ਹੋਇਆ ਵੀ ਅਸੀਂ ਪੁੱਛਿਆ ਨਹੀਂ, ਵਿਸ਼ਵਾਸ ਕਰ ਲਿਆ। ਜੇ ਪੁੱਛਦੇ ਤਾਂ ਅਸੀਂ ਉਸ ਗੱਲ 'ਤੇ ਵਿਸ਼ਵਾਸ ਨਾ ਕਰਦੇ ਵੀ ਨਾਮ ਤਾਂ ਕੌਣ ਦੇਣ ਵਾਲਾ ਸੀ, ਉਹ ਗੁਰੂ ਮਹਾਰਾਜ ਤੋਂ ਪੁੱਛਦੇ
ਵੀ ਸਾਨੂੰ ਇੰਨੀ ਸੋਝੀ ਦਿਓ ਵੀ ਨਾਮ ਦਿੰਦਾ ਕੌਣ ਆ, ਨਾਮ ਹੈ ਕੀ? ਅਤੇ ਫਿਰ ਉਹਨਾਂ ਸੰਸਥਾਵਾਂ ਨੇ ਲਿਖ ਕੇ ਕਾਗਜ਼ 'ਤੇ ਦਿੱਤਾ ਇੱਕ ਸ਼ਬਦ ਗੁਰੂ ਮਹਾਰਾਜ ਦੇ ਵਿੱਚੋਂ, ਅਤੇ ਉਸ ਲਈ ਉਹਨਾਂ ਨੇ ਕਿਹਾ ਵੀ ਇਸ ਦੀ ਆਰਾਧਨਾ ਕਰੋ, ਇਸ ਨੂੰ ਵਾਰ ਵਾਰ ਰਟਨ ਕਰੋ। ਅਤੇ ਉਹ ਜੀਵ ਕਰਦੇ ਆ ਰਟਨ, ਅਤੇ ਉਹ ਫਕਰ ਨਾਲ ਕਹਿੰਦੇ ਆ ਵੀ ਸਾਨੂੰ ਨਾਮ ਮਿਲ ਗਿਆ। ਅਤੇ ਗੁਰੂ ਮਹਾਰਾਜ ਕੀ ਕਹਿੰਦੇ? ਕਹਿੰਦੇ ਇਸ ਜੱਗ ਮੈਂ ਨਾਮ ਅਲੱਭ ਹੈ। ਕਹਿੰਦੇ ਇਸ ਜੱਗ 'ਚੋਂ ਤਾਂ ਨਾਮ ਲੱਭਿਆ ਹੀ ਨਹੀਂ ਜਾ ਸਕਦਾ, ਮੋਹਰੇ ਲਗਾਤੀ ਗੁਰੂ ਮਹਾਰਾਜ ਨੇ। ਕਹਿੰਦੇ ਹਰ ਨਾਮ ਆਚਰਜ ਪ੍ਰਭ ਆਪ ਸੁਣਾਏ। ਕਹਿੰਦੇ ਉਹ ਤਾਂ ਪ੍ਰਭੂ ਨੇ ਸੁਣਾਉਣਾ ਨਾਮ, ਨਾਮ ਤਾਂ ਸੁਣਾਉਣਾ ਹੀ ਪ੍ਰਭੂ ਨੇ ਆ। ਅਤੇ ਫਿਰ ਗੁਰੂ ਮਹਾਰਾਜ ਤੋਂ ਪੁੱਛਿਆ ਆਪਾਂ ਨੇ ਉਸ ਨਾਮ ਦਾ ਵੀ ਭੇਦ, ਜਦੋਂ ਸੰਗਤ 'ਚ ਜਾਂਦੇ ਹਾਂ ਤਾਂ ਫਿਰ ਉਹ ਗੁਰਮੁਖ ਪਿਆਰੇ ਗੁਰੂ ਮਹਾਰਾਜ ਦੇ ਹੁਕਮ 'ਚ ਰਹਿ ਕੇ ਇਹਦਾ ਭੇਦ ਖੋਲ੍ਹਦੇ ਆ ਵੀ ਉਹ ਨਾਮ ਹੈ ਕੀ। ਫਿਰ ਉਹ ਦੱਸਦੇ ਆ ਵੀ ਜਿਹੜਾ ਗੁਰੂ ਮਹਾਰਾਜ ਨੇ ਪਹਿਲਾਂ ਦੱਸਿਆ ਵੀ ਉਹ ਨਾਮ ਹੈ ਜੋ, ਉਹ ਮਾਲਕ ਦੇ ਮੁੱਖ ਦੀ ਆਵਾਜ਼ ਜਿਸ ਨੂੰ ਸ਼ਬਦ ਕਿਹਾ, ਜੋ ਯੋਗੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਇਆ। ਆਪਾਂ ਸ਼ਬਦ ਫਿਰ ਪੜ੍ਹਦੇ ਹਾਂ, ਤੁਸੀਂ ਸਾਰੇ ਜਾਣਿਆਂ ਦੇ ਫਿਰ ਇੱਕ ਵਾਰੀ ਦੁਹਰਾਈ ਹੋ ਜਾਵੇ ਵੀ ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁੱਖੋਂ ਅਲਾਈ। ਕਹਿੰਦੇ ਜਿਹੜਾ ਉਸ ਮਾਲਕ ਨੇ, ਉਸ ਸੱਚ ਨੇ ਜੋ ਮੁੱਖ ਤੋਂ ਬੋਲਿਆ ਹੈ ਸ਼ਬਦ, ਉਹ ਸ਼ਬਦ ਕਿਹੜਾ ਹੈ? ਕਹਿੰਦੇ ਉਹ ਸ਼ਬਦ ਹੈ ਧੁਨਾ ਰੂਪੀ, ਜੋ ਸਾਡੇ ਸਾਰਿਆਂ ਦੇ ਇਸ ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਹੈ। ਅਤੇ ਫਿਰ ਸਤਸੰਗਤ ਦੇ ਵਿੱਚ ਜਾ ਕੇ ਸਾਨੂੰ ਇਹ ਭੇਦ ਖੁੱਲ੍ਹਦਾ ਵੀ ਉਹ ਨਾਮ ਹੈ ਜੋ ਉਸ ਮਾਲਕ ਦੇ ਮੁੱਖ ਦੀ ਆਵਾਜ਼ ਹੈ, ਜਿਸ ਨੂੰ ਸਤਿਗੁਰੂ ਮਹਾਰਾਜ ਦੱਸਦੇ ਆ ਤੇਰਾ ਮੁੱਖ ਸਹਾਵਾ ਜੀਓ ਸਹਿਜ ਧੁਨ ਬਾਣੀ। ਹੁਣ ਇੱਧਰ ਆਪਾਂ ਗਏ, ਜੱਗ ਦੇ ਵਿੱਚ ਬਹੁਤ ਸਾਰੇ ਜੀਵ ਨੇ ਜਿਹੜੇ ਮਾਲਕ ਦੀ ਪ੍ਰਾਪਤੀ ਦੇ ਲਈ ਆਪਾਂ ਥਾਵਾਂ ਥਾਵਾਂ 'ਤੇ ਜਾਂਦੇ ਹਾਂ, ਭਾਲ ਕਰਦੇ ਹਾਂ ਉਹਨਾਂ ਗੁਰੂਆਂ ਦੀ, ਉਹਨਾਂ ਸੰਤਾਂ ਦੀ ਵੀ ਸਾਨੂੰ ਕੋਈ ਐਸਾ ਸੰਤ, ਕੋਈ ਐਸਾ ਗੁਰੂ, ਐਸਾ ਗੁਰਮੁਖ ਪਿਆਰਾ ਮਿਲ ਜਾਏ ਜੋ ਸਾਨੂੰ ਉਸ ਮਾਲਕ ਨਾਲ ਜੋੜ ਦੇਵੇ, ਉਸ ਦੇ ਨਾਮ ਨਾਲ ਜੋੜ ਦੇਵੇ। ਪਰ ਜਦੋਂ ਆਪਾਂ ਜਾਂਦੇ ਹਾਂ ਬਹੁਤ, ਆਪਾਂ ਦੇਖੋ ਜਿੰਨਾ ਵੀ ਉਹਨਾਂ ਦਾ ਨਿਚੋੜ ਹੁੰਦਾ, ਆਪਾਂ ਅੱਜ ਟੀਵੀਆਂ ਦੇ ਉੱਤੇ ਸੁਣਦੇ ਹਾਂ, ਮੋਬਾਈਲਾਂ ਦੇ ਉੱਤੇ ਸੁਣਦੇ ਹਾਂ, ਬਹੁਤ ਸਾਰੇ ਜੀਵ ਦੇਖੇ ਜਾਂਦੇ ਨੇ ਵੀ ਉਹ ਸ਼ੇਅਰ ਕਰਦੇ ਵੀ ਮੋਬਾਈਲ ਦੇ ਉੱਤੇ ਗੁਰਬਾਣੀ ਨੂੰ ਤਾਂ ਸੁਣਦੇ ਆ, ਉਹ ਕਿਸੇ ਨਾ ਕਿਸੇ ਪਿਆਰੇ ਨੂੰ ਸੁਣਦੇ ਆ, ਕੋਈ ਨਾ ਕੋਈ ਹਰੇਕ ਕਿਸੇ ਨਾ ਕਿਸੇ ਨਾਲ ਜੁੜਿਆ ਹੋਇਆ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਪਰ ਜਦੋਂ ਉਹ ਸਾਰਾ ਸਾਖੀ ਸੁਣਾਉਂਦੇ ਨੇ, ਇਤਿਹਾਸ ਸੁਣਾਉਂਦੇ ਨੇ, ਉਹ ਸਾਰੇ ਇੱਕ ਨਿਚੋੜ ਕੱਢ ਦਿੰਦੇ ਨੇ। ਉਹ ਸਾਰੇ ਨਿਚੋੜ ਕੀ ਕੱਢਦੇ ਆ? ਉਹ ਨਿਚੋੜ ਕੱਢਦੇ ਆ ਵੀ ਭਾਈ ਉਸ ਮਾਲਕ ਦਾ ਨਾਮ ਧਿਆਇਆ ਕਰੋ, ਉਹਦੇ ਗੁਣ ਗਾਇਆ ਕਰੋ। ਜੇ ਤਾਂ ਹੁਣ ਉਸ ਪਿਆਰੇ ਨੇ ਨਾਲ ਨਾਮ ਦਾ ਵੀ ਭੇਦ ਦਿੱਤਾ, ਦੇ ਦਿੱਤਾ, ਉਹ ਦੱਸ ਦਿੱਤਾ ਵੀ ਉਹਦੇ ਗੁਣ ਕੀ ਨੇ, ਉਸ ਨੂੰ ਦੱਸ ਦਿੱਤਾ ਵੀ ਧਿਆਨ 'ਚ ਲੈ ਕੇ ਕਿਵੇਂ ਆਉਣਾ। ਧਿਆਉਣਾ ਆਪਾਂ ਕਹਿੰਦੇ ਧਿਆਨ 'ਚ ਲੈ ਕੇ ਆਉਣਾ, ਵੀ ਧਿਆਨ ਕਿਵੇਂ ਲਾਉਣਾ, ਫਿਰ ਤਾਂ ਉਹ ਠੀਕ ਆ, ਫਿਰ ਉਹ 100% ਠੀਕ ਆ ਵੀ ਉਹਨਾਂ ਨੇ ਭੇਦ ਦਿੱਤਾ ਨਾਮ ਦਾ। ਫਿਰ ਉਹਨਾਂ ਨੇ ਸਾਨੂੰ ਸਮਝਾਇਆ ਵੀ ਤੁਸੀਂ ਉਸ ਮਾਲਕ ਨੂੰ ਕਿਵੇਂ ਧਿਆਉਣਾ। ਹੁਣ ਗੁਰਬਾਣੀ ਜੇ ਆਪਾਂ ਪੜ੍ਹਦੇ ਹਾਂ ਵੀ ਉਹਦਾ ਚੱਕਰ ਨਹੀਂ, ਚਿਹਨ ਨਹੀਂ, ਵਰ ਨਹੀਂ, ਜਾਤ ਨਹੀਂ, ਪਾਤ ਨਹੀਂ, ਰੇਖ ਨਹੀਂ, ਭੇਖ ਨਹੀਂ, ਫਿਰ ਉਹ ਮਾਲਕ ਦੇ ਗੁਣ ਕਿਵੇਂ ਗਾਈਏ, ਉਸ ਮਾਲਕ ਨੂੰ ਕਿਵੇਂ ਧਿਆਨ 'ਚ ਲੈ ਕੇ ਆਈਏ? ਕਹਿੰਦੇ ਚੱਕਰ ਚਿਹਨ ਨਾ ਵਰਨ ਜਾਤ ਔਰ ਪਾਤ ਨਹਿਨ ਜਿਹੇ ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਫਿਰ ਉਸ ਮਾਲਕ ਨੂੰ ਜਿਹਦਾ ਕੋਈ ਰੂਪ ਰੰਗ ਰੇਖ ਨਹੀਂ ਹੈ, ਉਸ ਨੂੰ ਧਿਆਨ 'ਚ ਕਿਵੇਂ ਲੈ ਕੇ ਆਈਏ? ਨਵੇਂ ਜੀਵ ਲਈ ਤਾਂ ਇਹ ਗੱਲ ਬਹੁਤ ਵੱਡੀ ਆ ਵੀ ਕਿਵੇਂ ਗੁਣ ਗਾਈਏ। ਹੁਣ ਇਹਦੇ ਬੰਦੇ ਨੂੰ ਦੇਖਦੇ ਹਾਂ, ਉਹ ਬੰਦੇ ਦੇ ਗੁਣ ਤਾਂ ਆਪਾਂ ਗਾ ਲੈਂਦੇ ਹਾਂ, ਆਪਾਂ ਕਹਿ ਦਿੰਦੇ ਹਾਂ ਵੀ ਇਹਦਾ ਸੁਭਾਅ ਦੇਖਦੇ ਹਾਂ, ਉਹਦੇ ਆਪਾਂ ਗੁਣ ਦੇਖਦੇ ਹਾਂ
ਆਪਾਂ ਦੱਸ ਦਿੰਦੇ ਹਾਂ ਵੀ ਇਹਦਾ ਸੁਭਾਅ ਬੜਾ ਅੱਛਾ ਹੈ ਨਾ, ਇਹ ਬੜਾ ਇਮਾਨਦਾਰ ਆ, ਇਹ ਬੜਾ ਇੰਟੈਲੀਜੈਂਟ ਆ, ਬਹੁਤ ਸਾਰੇ ਗੁਣ ਹੁੰਦੇ ਨੇ ਆਪਾਂ ਦੇਖ ਕੇ ਗਾ ਲੈਂਦੇ ਹਾਂ, ਪਰ ਉਸ ਮਾਲਕ ਦਾ ਜਿਸਦਾ ਰੂਪ ਰੰਗ ਰੇਖ ਹੀ ਨਹੀਂ ਅਤੇ ਉਹਦੇ ਗੁਣ ਕਿਵੇਂ ਗਾਈਏ। ਫਿਰ ਉਹ ਸਤਸੰਗਤ 'ਚ ਜਾ ਕੇ ਆਪਾਂ ਨੇ ਜਦੋਂ ਸਵਾਲ ਕਰਿਆ ਤਾਂ ਫਿਰ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਉਹਦੇ ਗੁਣ ਕਿਹੜੇ ਨਹੀਂ। ਕਹਿੰਦੇ ਉਹ ਜਿਹੜੀ ਧੁਨ ਬਾਣੀ ਆ, ਜੋ ਨਾਮ ਹੈ ਸਾਡੇ ਅੰਦਰ ਵੱਸਦਾ, ਗੁਰੂ ਮਹਾਰਾਜ ਕਹਿੰਦੇ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਸਤਰ ਬੀਤ ਬਖਾਣੀ। ਕਹਿੰਦੇ ਜਿਹੜਾ ਸਿਮਰਤਿਆਂ ਨੇ ਸ਼ਸਤਰੀਆਂ ਦੇ ਵਿੱਚ ਭਾਵੇਂ ਥੋੜ੍ਹਾ ਗਿਆਨ ਦਿੱਤਾ ਗਿਆ, ਪਰ ਗਿਆਨ ਦਿੱਤਾ ਗਿਆ ਹੈ ਨਾਮ ਦਾ। ਕਹਿੰਦੇ ਗੁਣ ਨੇ ਉਹ ਮਾਲਕ ਦਾ ਨਾਮ ਹੀ ਕਹਿੰਦੇ ਗੁਣ ਆ। ਕਹਿੰਦੇ ਉਹ ਜਦੋਂ ਧੁਨਾਂ ਸਾਨੂੰ ਅੰਦਰੋਂ ਸੁਣਾਈ ਦਿੰਦੀਆਂ ਨੇ, ਕਹਿੰਦੇ ਉਸ ਟਾਈਮ ਤੁਸੀਂ ਉਸ ਮਾਲਕ ਨੂੰ ਧਿਆ ਰਹੇ ਹੋ, ਤੁਸੀਂ ਉਸ ਟਾਈਮ 'ਤੇ ਮਾਲਕ ਦੇ ਗੁਣ ਗਾ ਰਹੇ ਹੋ। ਕੀ ਕਹਿੰਦੇ ਗੁਰੂ ਮਹਾਰਾਜ? ਕਹਿੰਦੇ ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ, ਕਹਿੰਦੇ ਆਠ ਪਹਿਰ ਤੇਰੇ ਗੁਣ ਗਾਵਾਂ। ਕਹਿੰਦੇ ਅੱਠੇ ਪਹਿਰ ਫਿਰ ਜਦੋਂ ਉਹਨਾਂ ਧੁਨਾਂ ਨੂੰ ਸੁਣਦੇ ਹਾਂ, ਕਹਿੰਦੇ ਫਿਰ ਅਸੀਂ ਉਸ ਮਾਲਕ ਦੇ ਗੁਣ ਗਾ ਰਹੇ ਹਾਂ ਅਤੇ ਉਸ ਨੂੰ ਧਿਆ ਰਹੇ ਹਾਂ। ਫਿਰ ਅੱਜ ਕੋਈ ਭਰਮ ਨਾ ਰਹਿ ਜਾਵੇ ਇਸ ਗੱਲ ਦਾ ਵੀ ਗੁਣ ਕੀ ਨੇ ਮਾਲਕ ਦੇ, ਉਹਨੂੰ ਧਿਆਉਣਾ ਕਿਵੇਂ ਆ, ਮਾਲਕ ਕੌਣ ਆ। ਅਤੇ ਮਾਲਕ ਆ ਉਹ ਪ੍ਰਕਾਸ਼ ਰੂਪ, ਅਤੇ ਉਸੇ ਤਰ੍ਹਾਂ ਸਾਡਾ ਮਨ ਆ ਇਹ ਵੀ ਆ ਉਹਦਾ ਬੱਚਾ ਮਾਲਕ ਦਾ। ਇੱਕ ਪਿਤਾ ਇੱਕ ਸਕੇ ਹੰਬਾਰਕ, ਸਾਨੂੰ ਸਮਝਣਾ ਪੈਗਾ ਵੀ ਅਸੀਂ ਕੌਣ ਆ, ਅਸੀਂ ਸਰੀਰ ਹਾਂ ਜਾਂ ਇੱਕ ਪ੍ਰਕਾਸ਼ ਹਾਂ। ਉਹ ਪ੍ਰਕਾਸ਼ ਦੀ ਆਪਾਂ ਵੀ ਜੋਤਾਂ, ਸਤਿਗੁਰੂ ਮਹਾਰਾਜ ਕਹਿੰਦੇ ਉਹੀ ਜੋਤ ਸਭਨਾ ਦੇ ਅੰਦਰ ਆ, ਜਿੰਨੀ ਵੀ ਆਪਾਂ ਸ੍ਰਿਸ਼ਟੀ ਦੇ ਉੱਤੇ ਜੂਨ ਦੇਖਦੇ ਹਾਂ, ਕਹਿੰਦੇ ਸਾਰਿਆਂ ਦੇ ਵਿੱਚ ਉਹੀ ਜੋਤ ਚੱਲ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਅਤੇ ਕਹਿੰਦੇ ਉਸੇ ਦੇ ਨਾਲ ਇਹ ਚਾਨਣ ਹੋ ਰਿਹਾ ਜਿਹਦਾ ਆਪਾਂ ਦੇਖ ਰਹੇ ਹਾਂ ਇਸ ਸਾਰੀ ਦੁਨੀਆ ਨੂੰ, ਜਿਹਦੇ ਨਾਲ ਵਰਤ ਕੇ ਜਿਸ ਦੀ ਜੋਤ ਨੂੰ ਆਪਾਂ ਨੇ ਉਸ ਮਾਲਕ ਨੂੰ, ਉਸ ਮਾਲਕ ਦਾ ਚਾਨਣਾ ਵੇਖਣਾ ਹੈ, ਉਸ ਮਾਲਕ ਦਾ ਪ੍ਰਕਾਸ਼ ਵੇਖਣਾ ਹੈ। ਅਤੇ ਹੁਣ ਇੱਧਰ ਜਾ ਕੇ ਆਪਾਂ ਸੰਸਾਰ ਦੇ ਉੱਤੇ ਬਹੁਤ ਸਾਰੇ ਜੀਵਾਂ ਨੇ ਆਪਣੇ ਆਪਣੇ ਢੰਗ ਦੇ ਨਾਲ, ਅੱਜ ਵੀ ਸਮੇਂ ਦੇ ਵਿੱਚ ਦੇਖਦੇ ਹਾਂ ਵੀ ਆਪਾਂ ਪੂਜਾ ਵੀ ਕਰਦੇ ਹਾਂ, ਥਾਲੀਆਂ ਸਜਾ ਸਜਾ ਕੇ ਮੂਰਤਾਂ ਦੀ ਪੂਜਾ ਕਰਦੇ ਹਾਂ, ਜੋਤਾਂ ਜਗਾਉਂਦੇ ਹਾਂ, ਧੁੱਪਾਂ ਧਖਾਉਂਦੇ ਹਾਂ, ਲੇਕਿਨ ਗੁਰੂ ਮਹਾਰਾਜ ਤੋਂ ਨਹੀਂ ਪੁੱਛਿਆ। ਅੱਜ ਵੀ ਆਪਾਂ ਤੀਰਥਾਂ 'ਤੇ ਜਾ ਕੇ ਹੀ ਮੰਨਦੇ ਹਾਂ ਵੀ ਤੀਰਥਾਂ 'ਤੇ ਜਾਣਾ ਉਸ ਮਾਲਕ ਦੀ ਪ੍ਰਾਪਤੀ ਆ, ਪਰ ਪੁੱਛਿਆ ਨਹੀਂ ਗੁਰੂ ਮਹਾਰਾਜ ਤੋਂ ਵੀ ਤੀਰਥ ਕਿਹੜਾ। ਉਹ ਕਹਿੰਦੇ ਇੱਕ ਤੀਰਥ ਛੱਡ, ਦੋ ਤੀਰਥ ਛੱਡ, ਕਹਿੰਦੇ ਤੂੰ ਕਰੋੜਾਂ ਤੀਰਥ ਕਰ। ਕਿਵੇਂ ਕਰੋ? ਕਹਿੰਦੇ ਉਹ ਕਿਵੇਂ ਹੋਣਗੇ ਕਰੋੜਾਂ ਤੀਰਥ? ਕਹਿੰਦੇ ਕੋਟ ਮਜਨ ਜਾ ਕੇ ਸੁਣ ਨਾਮ। ਕਹਿੰਦੇ ਤੇਰੇ ਕਰੋੜਾਂ ਤੀਰਥ ਹੋ ਜਾਣਗੇ, ਕਹਿੰਦੇ ਨਾਮ ਨੂੰ ਸੁਣਨਾ ਕਰ। ਕਹਿੰਦੇ ਕੋਟ ਪੁੰਨ ਜਾ ਕੇ ਹੈ ਧਿਆਨ। ਕਹਿੰਦੇ ਉਸ ਮਾਲਕ ਦਾ ਧਿਆਨ ਲਾ, ਉਸ ਮਾਲਕ ਦੀ ਆਵਾਜ਼ ਸੁਣ। ਕਹਿੰਦੇ ਇੱਕ ਪੁੰਨ ਨਹੀਂ, ਤੇਰੇ ਕਰੋੜਾਂ ਹੀ ਪੁੰਨ ਹੋ ਜਾਣਗੇ। ਕਹਿੰਦੇ ਕੋਟ ਪੁੰਨ ਸੁਣ ਜਾ ਹਰ ਕੀ ਬਾਣੀ। ਕਹਿੰਦੇ ਕੋਟ ਫਲਾ ਗੁਰ ਤੇ ਵਿਧ ਜਾਣੀ। ਕਹਿੰਦੇ ਕਰੋੜਾਂ ਫਲ ਮਿਲ ਜਾਣਗੇ ਜੇ ਆਪਾਂ ਸਤਸੰਗਤ 'ਚ ਜਾ ਕੇ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਵਿਧ ਜਾਣ ਲਈਏ। ਉਹ ਕਿਹੜੀ ਵਿਧੀ ਆ? ਉਹ ਵਿਧੀ ਆ ਵੀ ਜਦੋਂ ਆਪਾਂ ਮਨ ਨੂੰ ਧਿਆਨ 'ਚ ਲੈ ਕੇ ਆਉਂਦੇ ਹਾਂ, ਜਦੋਂ ਆਪਾਂ ਮਨ ਨੂੰ ਉਸ ਭਗਤੀ 'ਚ ਲਾਉਂਦੇ ਹਾਂ, ਮਾਲਕ ਦੇ ਰਾਹ 'ਤੇ ਤੋਰਦੇ ਹਾਂ, ਤਾਂ ਉੱਥੇ ਜਾ ਕੇ ਦੇਖਦੇ ਹਾਂ ਵੀ ਸਾਨੂੰ ਸਤਾਇਆ ਜਾਂਦਾ।
ਕਿਹਦੇ ਰਾਹੀਂ ਸਤਾਇਆ ਜਾਂਦਾ? ਉਹ ਸਤਾਇਆ ਜਾਂਦਾ ਦੂਜਾ ਜਿਹੜਾ ਖਿਡਾਰੀ ਹੈ ਅਕਾਲ, ਜਿਹਦੇ ਪੰਜ ਸਿਪਾਹੀ ਬਣਾਏ ਹੋਏ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਨੂੰ ਵਾਰ ਵਾਰ ਵਿਚਾਰ ਆਉਂਦੇ ਨੇ। ਅਤੇ ਫਿਰ ਵਿਧੀ ਜਾਣੀ ਗੁਰੂ ਤੋਂ ਪੁੱਛਿਆ ਵੀ ਉਹ ਕਿਹੜੀ ਵਿਧੀ ਹੈ ਜਿਹਦੇ ਨਾਲ ਇਹ ਸਾਨੂੰ ਸਤਾਉਂਦੇ ਨੇ, ਇਹਨਾਂ ਨੂੰ ਮਾਰ ਲਈਏ, ਇਹ ਵਿਚਾਰ ਮਾਰ ਲਈਏ। ਤਾਂ ਸਤਿਗੁਰੂ ਮਹਾਰਾਜ ਕੀ ਕਹਿੰਦੇ? ਕਹਿੰਦੇ ਪੰਚ ਸਤਾਵੇ ਦੂਤ ਕਵਣ ਵਿਧ ਮਾਰਨੇ। ਕਹਿੰਦੇ ਕਿਵੇਂ ਮਾਰੀਏ ਇਹਨਾਂ ਨੂੰ, ਕਿਵੇਂ ਇਹਨਾਂ ਨੂੰ ਹਟਾਈਏ ਵਿਚਾਰਾਂ ਨੂੰ। ਕਹਿੰਦੇ ਪੰਚ ਸਤਾਵੇ ਦੂਤ ਕਵਣ ਵਿਧ ਮਾਰਨੇ, ਕਹਿੰਦੇ ਤੀਖੇ ਬਾਣ ਚਲਾਏ ਪ੍ਰਭ ਤਾਈਏ। ਕਹਿੰਦੇ ਤੀਖੇ ਬਾਣ ਚਲਾਓ, ਉਹ ਤਿੱਖੇ ਬਾਣ ਕਿਵੇਂ ਚਲਾਉਂਦੇ ਹਾਂ? ਅਤੇ ਫਿਰ ਸਾਨੂੰ ਸਮਝਾਇਆ ਜਾਂਦਾ ਵੀ ਉਹ ਤਿੱਖੇ ਬਾਣ ਕਿਵੇਂ ਚੱਲਦੇ ਆ, ਜਦੋਂ ਅਸੀਂ ਨੇਤਰ ਬੰਦ ਕਰਕੇ ਸਿਮਰਨ ਕਰਦੇ ਹਾਂ। ਨੇਤਰ ਬੰਦ ਕੀਤੇ ਅਤੇ ਸਾਡਾ ਇੱਥੇ ਜਿਹੜੀਆਂ ਨੇਤਰ ਬੰਦ ਹੁੰਦੇ ਨੇ, ਨੱਕ ਦੀ ਨੋਕ ਦੇ ਸਾਹਮਣੇ ਉੱਥੇ ਧਿਆਨ ਜਾਂਦਾ, ਇੱਥੇ ਜਾ ਕੇ ਉਹ ਨੇਤਰ ਬੰਦ ਹੁੰਦੇ ਨੇ। ਅਤੇ ਫਿਰ ਜਦੋਂ ਇਸੇ ਦਾ ਧਿਆਨ ਲਾ ਕੇ, ਇਸੇ ਪੁਆਇੰਟ ਦਾ ਧਿਆਨ ਲਾ ਕੇ ਆਪਾਂ ਆਵਾਜ਼ ਦਿੰਦੇ ਹਾਂ ਉਸ ਮਾਲਕ ਨੂੰ। ਕਿਹੜੀ ਆਵਾਜ਼ ਉਸ ਮਾਲਕ ਨੂੰ ਆਪਾਂ ਬੁਲਾਉਂਦੇ ਹਾਂ? ਕਹਿ ਕੇ ਵਾਹਿਗੁਰੂ। ਫਿਰ ਜਦੋਂ ਇਹ ਆਪਾਂ ਆਵਾਜ਼ ਦਿੰਦੇ ਹਾਂ ਬੈਠ ਕੇ, ਇੱਕ ਪੁਆਇੰਟ ਦਾ ਧਿਆਨ ਲਾ ਕੇ ਧਿਆਨ ਲਾਉਂਦੇ ਹਾਂ ਆਪਾਂ ਆਵਾਜ਼ ਦੇ ਵਿੱਚ, ਉਹ ਆਵਾਜ਼ ਲਾਉਂਦੇ ਹਾਂ ਆਪਾਂ ਪਾਉਣ ਦੇ ਵਿੱਚ ਮਿਲਾ ਕੇ, ਅਤੇ ਉਹ ਪਾਉਣ ਕਿੱਥੋਂ ਜਾਂਦੀ ਆ? ਉਹ ਜਿਹੜਾ ਇੱਥੇ ਹਨੇਰਾ ਆਪਾਂ ਦੇਖਦੇ ਹਾਂ ਅੱਖਾਂ ਬੰਦ ਕਰਕੇ, ਉੱਥੋਂ ਪਾਉਣ ਜਾਂਦੀ ਆ ਅਤੇ ਉੱਥੇ ਹੀ ਪਾਉਣ ਚਲੇ ਜਾਂਦੀ ਆ। ਅਤੇ ਇੱਥੇ ਫਿਰ ਧਿਆਨ ਲਾ ਕੇ ਆਪਾਂ ਸਿਮਰਨ ਕਰਨਾ। ਅਤੇ ਆਓ ਫਿਰ ਜੋ ਗੁਰੂ ਮਹਾਰਾਜ ਨੇ ਸਾਨੂੰ ਉਹ ਵਿਧੀ ਸਿਖਾਈ ਆ, ਜਿਹਨੂੰ ਗੁਰੂ ਮਹਾਰਾਜ ਕਹਿੰਦੇ ਆ ਵੀ ਵਿਧ ਜਾਣ ਲਓ, ਉਹ ਵਿਧ ਜਾਣ ਕੇ ਤੁਹਾਨੂੰ ਕਰੋੜਾਂ ਹੀ ਫਲ ਮਿਲ ਜਾਣਗੇ। ਆਓ ਫਿਰ ਫਲਾਂ ਦੀ ਪ੍ਰਾਪਤੀ ਦੇ ਲਈ ਉਸ ਮਾਲਕ ਦਾ ਆਪਾਂ ਸਿਮਰਨ ਕਰੀਏ। ਸਾਰੇ ਜਾਣਿਆਂ ਨੇ ਨੇਤਰ ਬੰਦ ਕਰਕੇ ਆ ਜੋ ਨੱਕ ਦੀ ਨੋਕ ਆ ਇਹਦੇ ਸਾਹਮਣੇ ਆਪਾਂ ਨੇ ਦੇਖਣਾ ਕਰਨਾ, ਅਤੇ ਦੇਖ ਕੇ ਫਿਰ ਆਪਾਂ ਆਵਾਜ਼ ਦੇਣੀ ਆ ਮਾਲਕ ਨੂੰ। ਅਤੇ ਉਹ ਕੰਨਾਂ ਦੇ ਨਾਲ ਨਾਲ ਆਪਾਂ ਨੇ ਆਵਾਜ਼ ਦੇ ਕੇ ਆਪਣੀ ਆਪਣੀ ਆਵਾਜ਼ ਸੁਣਨੀ ਆ। ਹਾਂਜੀ ਕਰੋ ਜੀ ਸਾਰੇ ਕਿਰਪਾ। ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ